Thank you.
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਬਣਿਓ ਲੋਹਿਓ ਹੋਇਓ ਲਾਲ ਨਗਰ ਸਤਿਗੁਰ ਜਾ ਧਾਰੇ ਪਾਹਣ ਮਾਨ ਕਰੇ ਗਿਆਨ ਗੁਰ ਕਹਿਓ ਵਿਚਾਰੇ ਕਾਠੋ ਸ੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨਕੇ ਗਏ ਸਤਿਗੁਰ ਚਰਨ ਜਨ ਪਰਸਿਆ ਸੇ ਪਥ ਪ੍ਰੇਤ ਸੋ ਨਰ ਭਏ ਸਤਿਗੁਰ ਕਾਜੋ ਸਿੱਖ ਅਖਾਏ ਸੋ ਪਲ ਕੇ ਉੱਠ ਹਰ ਨਾਮ ਧਿਆਵੇ ਗੁਰ ਸਤਿਗੁਰ ਕਾਜੋ ਸਿੱਖ ਅਖਾਏ ਸੋ ਪਲ ਕੇ ਉੱਠ ਹਰ ਨਾਮ ਧਿਆਵੇ ਗੁਰ ਸਤਿਗੁਰ ਕਾਜੋ ਸਿੱਖ ਅਖਾਏ ਪਲ ਕੇ ਉੱਠ ਹਰ ਨਾਮ ਧਿਆਵੇ ਗੁਰ ਸਤਿਗੁਰ ਉਦਮ ਕਰੇ ਪਲ ਕੇ ਪਰਵਾਤੀ ਉਦਮ ਉਦਮ ਕਰੇ ਪਲ ਕੇ ਪਰਵਾਤੀ ਉਦਮ ਨਾਨ ਕਰੇ ਅੰਮ੍ਰਿਤ ਸਰਨਾਵੇ ਨਾਨ ਕਰੇ ਅੰਮ੍ਰਿਤ ਸਰਨਾਵੇ ਗੁਰ ਸਤਿਗੁਰ ਕਾਜੋ ਸਿੱਖ ਅਖਾਏ ਤੋ ਬਲ ਕੇ ਉੱਠ ਹਰ ਨਾਮ ਧਿਆਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਉਪਦੇਸ਼
ਗੁਰ ਕਾਜੋ ਪਾਪ ਦੋਖ ਲੈ ਜਾਵੇ ਫਿਰ ਚੜੈ ਦੇਵਤ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੇ ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਜਿਸਨੋ ਦਿਆਲ ਹੋਵੇ ਮੇਰਾ ਸੁਆਮੀ ਜਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜਨ ਨਾਨਕ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜਨ ਨਾਨਕ ਜਪੈ ਅਵਰੈ ਨਾਮ ਜਪਾਵੈ ਆਪ ਜਪੈ ਅਵਰੈ ਨਾਮ ਜਪਾਵੈ ਗੁਰ ਸਤਿਗੁਰ ਕਾਜੋ ਸਿੱਖ ਖਾਏ ਪਲ ਕੇ ਉੱਠ ਹਰ ਨਾਮ ਲਿਆ ਸਰਨਾਵੇ ਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਗੁਰ ਸਤਿਗੁਰ ਕਾਜੋ ਸਿੱਖ ਅਥਾਏ ਤੂੰ ਪਲ ਕੇ ਉੱਠ ਹਰ ਨਾਮ ਧਿਆਵੇ ਤੈਨੂੰ ਫੇਰ ਨਾ ਮਿਲੇਗਾ
ਗੱਜ ਕੇ ਬੀਬੀਆਂ ਬੋਲੋ ਜੀ ਨਵਾਜੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਸਾਰੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਬਹੁਤ ਵੱਡੇ ਭਾਗ ਜੁਗੋ ਜੁਗ ਟਲ ਸਾਹਿਬੇ ਕਮਾਲ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਦੇ ਮਾਲਕ ਸਮਰੱਥ ਗੁਰੂ ਜਗਤ ਗੁਰੂ ਪ੍ਰਤੱਖ ਗੁਰੂ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਹਾਂ। ਜੀਵਨ ਵਾਹਿਗੁਰੂ ਵੱਲੋਂ ਮਿਲਿਆ ਬੜਾ ਅਮੋਲਕ ਹੈ, ਦੁਰਲੱਭ ਵਸਤੂ ਮਿਲੀ ਹੈ ਆਪਾਂ ਨੂੰ। ਸਾਰੀਆਂ ਜੋਨੀਆਂ ਦੀ ਬਾਦਸ਼ਾਹ ਦੇ ਹੀ ਮੰਨਿਆ, ਇਸਨੂੰ ਅਸ਼ਰਫੁਲ ਮਖਲੂਕਾਤ ਕਹਿੰਦੇ ਹਨ। ਇਸ ਧਰਤੀ ਪਰ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ, ਲੱਖ 84 ਜੋਨ ਸਵਾਈ, ਮਾਨੁਕ ਕੋ ਪ੍ਰਭ ਦੀ ਵਡਿਆਈ, ਲੱਖ 84 ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਉੱਤਮ ਜਨਮ ਇੱਕੋ ਵੇਰ ਮਿਲਿਆ ਹੈ ਮਹਾਰਾਜ ਦਾ ਪਾਤਸ਼ਾਹ ਦਾ ਵਚਨ ਹੈ। ਨੌਵੇਂ ਪਾਤਸ਼ਾਹ ਮਹਾਰਾਜ ਜੀ ਦਾ ਮਾਨਸ ਦੇਹ ਬਹੁਤ ਨਹੀਂ ਪਾਵੈ, ਮੁੜ ਕੇ ਨਹੀਂ ਮਿਲਣੀ ਇਹ। ਆਹੀ ਸਮਾਂ ਦਿੱਤਾ ਇੱਕ ਵਾਹਿਗੁਰੂ ਨੇ, ਗੋਲਡਨ ਚਾਂਸ, ਸੁਨਹਿਰੀ ਮੌਕਾ ਮਿਲਿਆ ਹੈ। ਬਹੁਤ ਨਹੀਂ ਪਾਵੈ ਕਛੂ ਉਪਾਓ ਮੁਕਤ ਕਾ ਕਰ ਰੇ, ਕੋਈ ਮੁਕਤੀ ਦਾ ਉਪਾਅ ਕਰ ਲੈ, ਇਹ ਚੱਕਰ 'ਚੋਂ ਨਿਕਲਣ ਦਾ ਉਪਾਅ ਕਰ ਕੋਈ। ਬੜਾ ਲੰਮਾ ਚੱਕਰ ਕੱਟ ਕੇ ਆਇਆ, ਫੇਰ ਕਿਤੇ ਨਾ ਚੱਕਰ ਪੈ ਜਾਵੇ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਚੋਟਾਂ ਖਾਵੈ, ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਇਤਨੇ ਵੱਡੇ ਵੱਡੇ ਨਰਕਾਂ ਵਿੱਚ ਭੜਕਦੇ, ਟੇਢੀਆਂ ਜੋਨੀਆਂ ਵਿੱਚ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਏ ਦੇਹ ਸੰਜਰੀਆ, ਸੂਕਰ ਕੂਕਰ ਜੋਨ ਭਰਮੇ ਤੋ ਲਾਜ ਨਾ ਆਏ। ਇਹੋ ਜਿਹੀਆਂ ਟੇਢੀਆਂ ਜੋਨੀਆਂ ਵਿੱਚ ਭੜਕਦੇ ਹਾਂ, ਕਿਰਪਾ ਹੋ ਗਈ ਵਾਹਿਗੁਰੂ ਦੀ ਤੁਮਰੀ, ਕਿਰਪਾ ਤੇ ਮਾਨਕ ਦੇ ਪਾਈ ਹੈ। ਹੇ ਵਾਹਿਗੁਰੂ ਤੇਰੀ ਕਿਰਪਾ ਹੋ ਗਈ, ਮਨੁੱਖਾ ਦੇਹ ਮਿਲ ਗਈ ਸਾਨੂੰ, ਦੇਹੋ ਦਰਸਰ ਆਇਆ, ਹੁਣ ਕਿਰਪਾ ਕਰੋ ਜੇ ਮਨੁੱਖਾ ਦੇ ਦਿੱਤੀ ਹੈ, ਤੁਹਾਡੇ ਦਰਸ਼ਨ ਵੀ ਐਸੇ ਜਨਮ ਵਿੱਚ ਹੋ ਜਾਣ, ਭਾਵ ਇਹ ਯਾਤਰੂ ਆ ਅਸੀਂ, ਸਾਡੀ ਯਾਤਰਾ ਸਫਲ ਹੋ ਜਾਵੇ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਇਹ ਮਨੁੱਖਾ ਦੇ ਦੁਰਲੱਭ ਵਸਤੂ ਹੈ, ਕੀਮਤੀ ਬੜੀ ਹੈ ਇਹ, ਇਹਨੂੰ ਸਫਲਾ ਕਰਨਾ ਇੱਕ ਫਰਜ਼ ਹੈ ਮਨੁੱਖ ਦਾ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਪਰਮੇਸ਼ਰ ਨੂੰ ਮਿਲਣ ਦੀ ਵਾਰੀ ਹੈ, ਹੋਰੇ ਗੱਲਾਂ ਵਿੱਚ ਸਮਾਂ ਲੰਘ ਰਿਹਾ ਹੈ। ਬੀਤ ਜੈ ਹੈ ਬੀਤ ਜੈ ਹੈ, ਜਨਮ ਅਕਾਜ ਰੇ। ਅਕਾਜ ਕਹਿੰਦੇ ਨੇ ਬੇਅਰਥ ਕੰਮ, ਬੇਮਤਲਬੇ ਕੰਮਾਂ ਵਿੱਚ ਸਮਾਂ ਜਾ ਰਿਹਾ ਹੈ। ਬੀਤ ਜੈ ਹੈ ਬੀਤ ਜੈ ਹੈ, ਜਨਮ ਅਕਾਜ ਰੇ। ਨਿਸ ਦਿਨ ਸੁਣ ਕੇ ਪੁਰਾਣ, ਰੋਜ਼ ਬਾਣੀ ਵੀ ਸੁਣੀ, ਪੁਰਾਣ ਵੀ ਸੁਣੇ, ਕਥਾ ਕੀਰਤਨ ਵੀ ਸੁਣਿਆ, ਪਰ ਸਮਝ ਨਾ ਆਈ। ਸਮਝ ਨਾ ਰੇ ਅਜਾਨ, ਕਾਲ ਤੋਂ ਪਹੁੰਚੋ ਆਣ। ਹੁਣ ਤਾਂ ਕਾਲ ਆ ਗਿਆ, ਕਹਾਂ ਜੈ ਹੈ ਭਾਜ ਰੇ, ਕਿੱਥੇ ਭੱਜੇਗਾ। ਅਸਰ ਜੋ ਮਾਨਿਓ ਦੇ, ਸੋ ਤੋ ਤੇਰੋ ਹੋਏ ਹੈ ਖੇ, ਕਿਉਂ ਨਾ ਹਰ ਕੋ ਨਾਮ ਲੇ। ਮੂਰਖ ਨਿਲਾਜ ਰੇ, ਰਾਮ ਭਗਤ ਹੀਏ ਆਣ, ਛਾੜ ਦੇ ਤੈ ਮਨ ਕੋ ਮਾਣ, ਨਾਨਕ ਜਨ ਇਹ ਵਖਾਣ, ਜੱਗ ਮੈਂ ਵਿਰਾਜ ਰੇ। ਸਮਾਂ ਬੜੀ ਤੇਜ਼ੀ ਨਾਲ ਲੰਘ ਰਿਹਾ ਹੈ, ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ।
ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਹੀਰੇ ਵਰਗਾ ਮੋਲਕ ਜਨਮ ਕੌਡੀਆਂ ਦੇ ਭਾਅ ਜਾ ਰਿਹਾ ਭਾਈ। ਸੋ ਇਹਦੀ ਕਦਰ ਕਰ, ਇਹ ਸਮੇਂ ਨੂੰ ਸੰਭਾਲ, ਇਹ ਲੰਘਿਆ ਜਾਮ ਦਾ ਸਮੇਂ ਨੂੰ ਕਰ ਸਫਲ, ਇਹ ਲੰਘਿਆ ਜਾਮ ਦਾ ਇਹ ਠਹਿਰਨ ਜਾਚ ਨਾ ਜਾਮ ਦਾ, ਲੰਘ ਗਿਆ ਨਾ ਮੁੜ ਕੇ ਆਉਂਦਾ, ਸਮਾਂ ਕਦੇ ਰੁਕਿਆ ਰੁਕਦਾ ਨਹੀਂ, ਇਹ ਆਪਣੀ ਚਾਲ ਤੁਰਿਆ ਜਾਂਦਾ ਹੈ, ਦਿਨ ਰਵ ਚੱਲੇ ਨਿਸ ਸੱਸ ਚੱਲੇ ਤਾਰ ਕਾ ਲੱਕ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ, ਦਿਨ ਤੇ ਰਾਤ ਸੂਰਜ ਤੇ ਚੰਦਰਮਾ ਕਰੋੜਾਂ ਦਾ ਤਾਰੇ ਗਰਦਿਸ਼ ਵਿੱਚ ਹਨ, ਦੌੜ ਲੱਗੀ ਹੈ ਕਿੱਧਰ ਨੂੰ ਜਾ ਰਹੇ ਨੇ, ਮੌਤ ਵੱਲ ਨੂੰ। ਇਸੇ ਤਰ੍ਹਾਂ ਇਹ ਸਰੀਰ ਵੀ ਜਨਮ ਹੋਇਆ, ਮਾਤਾ ਦੀ ਗੋਦ ਵਿੱਚ ਵੀ ਆਪਾਂ ਖੇਡੇ, ਉਸ ਤੋਂ ਬਾਅਦ ਬਚਪਨ ਲੰਘ ਗਈ, ਫਿਰ ਜਵਾਨੀ ਇਸ ਤਰ੍ਹਾਂ ਲੰਘ ਗਈ ਜਿਸ ਤਰ੍ਹਾਂ ਅਸਮਾਨ ਵਿੱਚ ਪੰਛੀ ਉੜਿਆ ਜਾਂਦਾ ਉਹਦੀ ਛਾਂ ਲੰਘ ਜਾਂਦੀ ਹੈ, ਜਵਾਨੀ ਲੰਘਣ ਦਾ ਕੋਈ ਪਤਾ ਲੱਗਿਆ, ਹੁਣ ਆ ਗਿਆ ਬੁਢਾਪਾ। ਇਹ ਆਖਰੀ ਸਟੇਸ਼ਨ ਹੈ ਜੀਵਨ ਦਾ, ਇਹਨੂੰ ਅੱਗੇ ਮੌਤ ਹੈ। ਬੁੱਢੇ ਹੈ ਬਜ਼ੁਰਗ ਅੱਗੇ ਦੇਖ, ਅਗਾਂਹ ਕੂ ਤਰਾਂਗ ਪਿੱਛਾ ਫੇਰ ਨਾ ਮੋਹੜਾ, ਨਾਨਕ ਸਿਜ ਅਵੇਹਾ ਵਾਰ ਬਹੁੜ ਨਾ ਹੋਵੀ ਜਨਮੜਾ। ਅੱਗੇ ਤਾਂ ਨਹੀਂ ਦੇਖਦਾ, ਅੱਗੇ ਭਿਆਨਕ ਖੂਹ ਦਿਖਦਾ ਮੌਤ ਦਾ, ਅੰਧ ਕੂਪ ਮੈਂ ਪਤਤ ਵਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ। ਸੋ ਫਰੀਦ ਸਾਹਿਬ ਜੀ ਦਾ ਵਚਨ ਹੈ ਵੀ ਇਹ ਸਮਾਂ ਕਿੱਥੇ ਪਹੁੰਚ ਗਿਆ ਹੈ। ਦੇਖ ਫਰੀਦਾ ਜੇ ਥੀਆ ਦਾੜੀ ਹੋਈ ਭੂਰ, ਭੂਰ ਕਹਿੰਦੇ ਨੇ ਚਿੱਟੀ ਹੋ ਗਈ, ਅੱਗੋ ਨੇੜਾ ਆਇਆ, ਅੱਗਾ ਨੇੜੇ ਆ ਗਿਆ, ਮੌਤ ਨੇੜੇ ਆ ਗਈ ਪਿੱਛਾ ਰਹਿਆ ਦੂਰ। ਉਹ ਬਚਪਨ ਦਾ ਸਮਾਂ ਬੜੀ ਦੂਰ ਚਲਿਆ ਗਿਆ, 80 ਸਾਲ ਦਾ ਬੁੱਢਾ ਵੀ ਅਜੇ ਜਨਮ ਦਿਨ ਮਨਾਉਂਦਾ ਹੈ, ਅਗਿਆਨਤਾ ਹੀ ਹੈ ਨਾ, ਮਰਨ ਦਿਨ ਨਹੀਂ ਮਨਾਉਂਦਾ, ਕਿਉਂ? ਕਿਉਂਕਿ ਮੌਤ ਤੋਂ ਡਰ ਲੱਗਦਾ ਹੈ, ਦਰਅਸਲ ਮੌਤ ਦੀ ਤਿਆਰੀ ਨਹੀਂ ਕੀਤੀ ਹੈ। ਇਮਤਿਹਾਨ ਬੜੇ ਦਿੱਤੇ ਐ ਇਨਸਾਨ, ਇੱਕ ਵੱਡਾ ਇਮਤਿਹਾਨ ਤੇਰੇ ਸਿਰ 'ਤੇ ਹੈ ਜਿਹਨੂੰ ਮੌਤ ਕਹਿੰਦੇ ਹਨ, ਜੇ ਤਾਂ ਵੀ ਉਹਦੇ ਵਿੱਚ ਨੰਬਰ ਲੈ ਗਿਆ ਫਿਰ ਤਾਂ ਜਿੱਤ ਗਿਆ ਬਾਜੀ, ਨਹੀਂ ਤਾਂ ਫਿਰ ਸਾਰੀ ਦੁਨੀਆ ਭਗਤ ਜੀ ਦੇ ਕਥਨ ਅਨੁਸਾਰ ਬਾਜੀ ਹਾਰ ਕੇ ਜਾ ਰਹੇ ਹਨ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ, ਉੱਚੇ ਮੰਦਰ ਨਾ ਦੇਖ ਬਾਜੀ ਹਾਰ ਜਾਵੇਂਗਾ, ਉੱਚੇ ਮੰਦਰ ਨਾ ਦੇਖ ਬਾਜੀ ਹਾਰ ਜਾਵੇਂ, ਮੰਦਰ ਉੱਚੇ ਮੰਦਰ ਨਾ ਦੇਖ ਬਾਜੀ ਹਾਰ ਜਾਵੇਂਗਾ, ਉੱਚੇ ਮੰਦਰ ਨਾ ਦੇਖ ਬਾਜੀ ਹਾਰ ਜਾਵੇਂਗਾ, ਉੱਚੇ ਮੰਦਰ
ਉੱਚੇ ਮੰਦਰ ਉੱਚ ਉੱਪਰ ਨੂੰ ਦੇਖਣਾ ਮਤਲਬ ਹੰਕਾਰੀ ਬਿਰਤੀ ਹੈ ਤੇਰੀ, ਕਬੀਰ ਗਰਬ ਨਾ ਕੀਜੀਏ, ਹੰਕਾਰ ਨਾ ਕਰ। ਉੱਚਾ ਦੇਖ ਵਾਰਸ, ਉੱਚੇ ਕੋਠੇ ਬਣਾ ਕੇ ਅਤੇ ਉੱਪਰ ਨੂੰ ਦੇਖ ਰਿਹਾ ਹੋਏਗਾ ਕਿ ਆਜ ਕੱਲ੍ਹ ਭੋਏ ਲੇਟਣਾ, ਆਖਰ ਤਾਂ ਮਰਨਾ ਤਾਂ ਥੱਲੇ ਹੀ ਹੈ ਨਾ, ਅਕਸਰ ਤਾਂ ਤੇਰੀ ਮੜੀ ਤਾਂ ਥੱਲੇ ਹੀ ਬਣੇਗੀ, ਸੱਤਵੀਂ ਮੰਜ਼ਿਲ 'ਤੇ ਨਹੀਂ ਬਣਨੀ। ਕਬੀਰ ਗਰਬ ਨਾ ਕੀਜੀਏ, ਉੱਚਾ ਦੇਖ ਆਵਾਸ, ਆਜ ਕੱਲ੍ਹ ਭੋਏ ਅਕਸਰ ਤਾਂ ਧਰਤੀ 'ਤੇ ਲਿਟਣਾ ਪੈਣਾ, ਉੱਪਰ ਜਾਮੈ ਘਾਸ। ਕਬੀਰ ਗਰਬ ਨਾ ਕੀਜੀਏ, ਰੰਕ ਨਾ ਹੱਸੀਐ ਕੋਈ, ਅਜੈ ਸੋ ਨਾਓ ਸਮੁੰਦਰ ਮੈਂ ਕਹਿ ਜਾਣਾ ਕਿਆ ਹੋਏ। ਕਬੀਰ ਗਰਬ ਨਾ ਕੀਜੀਏ, ਚਾਮ ਲਪੇਟੇ ਹਾੜ, ਹੈ ਵਰ ਉੱਪਰ ਛਤਰ ਧਰ ਤੇ ਪੁਣ ਧਰਨੀ ਗਾੜ। ਨੀਵਾਂ ਹੋ ਜਾ ਨੀਵਾਂ, ਜੇ ਗੁਰੂ ਤੋਂ ਕੁਛ ਲੈਣਾ। ਜਿਹੜੇ ਨੀਵੇਂ ਹੋ ਗਏ ਅਤੇ ਗਰਭ ਜਿਨ੍ਹਾਂ ਵਡਿਆਈ, ਜਿਨ੍ਹਾਂ ਵਿੱਚ ਹੰਕਾਰ ਸੀ ਨਾ, ਫਰੀਦ ਸਾਹਿਬ ਜੀ ਕਹਿੰਦੇ ਗਰਭ ਜਿਨ੍ਹਾਂ ਵਡਿਆਈਆਂ, ਗਰਭ ਸੀ ਵਡਿਆਈਆਂ ਸੀ ਮਾਣ ਸੀ, ਧਨ ਜੋਵਨ ਆ ਗਾਹ, ਧਨ ਦਾ ਜੋਵਨ ਦਾ ਮਾਣ ਸੀ ਜਿਹਦੇ ਅੰਦਰ, ਖਾਲੀ ਚੱਲੇ ਧਨੀ ਸਿਉਂ, ਕਹਿੰਦੇ ਸੰਸਾਰ 'ਚੋਂ ਖਾਲੀ ਚਲੇ ਗਏ ਉਹ। ਟਿੱਬੇ ਜਿਉਂ ਮੀਂਹ ਆਹਾ, ਟਿੱਬਿਆਂ 'ਤੇ ਮੀਂਹ ਤਾਂ ਪਿਆ ਪਰ ਪਾਣੀ ਨਾ ਖੜਿਆ। ਹੰਕਾਰੀ ਬੰਦੇ ਗੁਰੂ ਦੇ ਚਰਨਾਂ ਵਿੱਚ ਵੀ ਆ ਕੇ ਤੈਨੂੰ ਕੋਈ ਸ਼ੁਭ ਗੁਣ ਨਾ ਮਿਲਿਆ, ਇੱਥੋਂ ਖਾਲੀ ਹੱਥੀ ਚਲਿਆ ਗਿਆ ਟਿੱਬੇ ਦੀ ਤਰ੍ਹਾਂ, ਟਿੱਬੇ ਜਿਉਂ ਵੀ ਹਾਹਾ ਕਰਕੇ। ਥੋੜ੍ਹਾ ਨੀਵਾਂ ਹੋ ਜਾ, ਸਭ ਕੁਛ ਮਿਲ ਜਾਏਗਾ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤੱਤ, ਸਾਰੇ ਤੱਤ ਇਹਦੇ ਵਿੱਚ ਹੀ ਆ ਜਾਂਦੇ ਨੇ, ਗੁਣ ਇੱਥੇ ਵਿੱਚ ਹੀ ਆ ਜਾਂਦੇ ਹਨ। ਨੀਵਾਂ ਹੋ ਜਾ, ਆਪ ਗਵਾਈਏ ਤਾਂ ਸ਼ੋ ਪਾਈਏ, ਆਪਣਾ ਆਪ ਮਿਟਾ ਦੇ, ਮਿਟਾ ਦੇ ਆਪਣੀ ਹਸਤੀ ਕੋ ਅਗਰ ਕਿਛ ਮਰਤਬਾ ਚਾਹਤਾ ਹੈ। ਆਪ ਗਵਾਈਏ ਤਾਂ ਸ਼ੋ ਪਾਈਏ, ਔਰ ਕੈਸੀ ਚਤਰਾਏ। ਇਸ ਕਰਕੇ ਥੋੜ੍ਹਾ ਮਾਣ ਕਰ, ਨਾ ਕਰ ਮਾਣ, ਚੰਗੀ ਗੱਲ ਹੈ ਨਹੀਂ। ਮਾਣ ਵਾਲੇ ਮਾਣ ਮੁਨੀ ਮੁਨ ਵਰਗਲੇ, ਮਾਣ ਸਭੈ ਕੋ ਖਾਏ। ਥੋੜਾ ਮਾਣ ਕਰੀ ਸਦਾ ਨਹੀਂ ਜਗ ਰਹਿਣਾ, ਥੋੜਾ ਮਾਣ ਕਰੀ ਸਦਾ ਨਹੀਂ ਜਗ ਰਹਿਣਾ, ਬਈ ਥੋੜਾ ਰਹਿਣਾ ਵੇ ਥੋੜਾ। ਮਾਣ ਕਰੀ ਸਦਾ ਨਹੀਂ
ਆਉਂਦਾ ਨਹੀਂ। ਹਰ ਜੂ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ। ਦਰਅਸਲ ਹੰਕਾਰੀ ਪੁਰਸ਼ ਦੇ ਪੱਲੇ ਕੁਛ ਨਹੀਂ ਹੈ। ਇੱਥੋਂ ਲੈਣਾ ਹੈ ਨੀਵੇਂ ਹੋ ਕੇ ਗੁਰੂ ਦੇ ਚਰਨਾਂ ਵਿੱਚ। ਪਹਿਲੀ ਗੱਲ ਹੈ ਤਾਂ ਗੁਰੂ ਦੇ ਚਰਨ ਹੀ ਲੱਗ ਤੂੰ। ਗੁਰੂ ਦਾ ਬਖਸ਼ਿਆ ਖੰਡੇ ਬਾਟੇ ਦਾ ਅੰਮ੍ਰਿਤ ਛੱਕ। ਨਵਾਂ ਪਾਤਸ਼ਾਹ ਤੱਕ ਮਰਿਆਦਾ ਸੀ, ਚਰਨਾਮ੍ਰਿਤ ਸਿੱਖਾਂ ਪਿਲਾਇਆ। ਚਰਨ ਦਾ ਅੰਗੂਠਾ ਘੋਲ ਕੇ ਸਿੱਖਾਂ ਨੂੰ ਪਿਲਾਇਆ ਜਾਂਦਾ ਸੀ, ਉਹਨੂੰ ਕਹਿੰਦੇ ਸੰਸਕਾਰ ਅੰਮ੍ਰਿਤ। ਉਸੇ ਅੰਮ੍ਰਿਤ ਨੂੰ ਕਰਨਗੀ ਧਰ ਪਾਤਸ਼ਾਹ ਨੇ ਪਰਮੇਸ਼ੁਰ ਦੇ ਹੁਕਮ ਅਨੁਸਾਰ ਵਾਹਿਗੁਰੂ ਨੇ ਹੁਕਮ ਕੀਤਾ, ਮੈਂ ਆਪਣਾ ਸੁੱਤ ਤੋਹੇ ਨਿਵਾਜਾ ਹੈ ਦੁਸ਼ਟ ਦਮਨ, ਮੈਂ ਤੁਹਾਨੂੰ ਆਪਣਾ ਸੁਪੁੱਤਰ ਬਣਾ ਕੇ ਮਾਤ ਲੋਕ ਵਿੱਚ ਭੇਜਦਾ। ਕਾਹਦੀ ਕਾਤਰ, ਪੰਥ ਪਰਚੁਰ ਕਰਵੇ ਕੋ ਸਾਜਾ, ਪੰਥ ਦੀ ਸਿਰਜਣਾ ਕਰਨੀ। ਅਤੇ ਵਾਹਿਗੁਰੂ ਦੇ ਹੁਕਮ ਅਨੁਸਾਰ, ਹਾਲਾਂਕਿ ਮਹਾਰਾਜ ਜੀ ਕਹਿੰਦੇ ਚੇਤਨਾ ਭਇਓ ਹਮਰੋ ਆਵਨ ਕੈ ਚੁਵੀ ਰਹੀ ਸਰੁਤ ਪਰਵ ਚਰਨਨ ਮੈਂ। ਮਹਾਰਾਜ ਕਹਿੰਦੇ ਸਾਡਾ ਚੇਤਾ ਕਰਦਾ ਨਹੀਂ ਸੀ ਇਹ ਸੰਸਾਰ ਵਿੱਚ ਆਉਣ ਨੂੰ, ਐਸੇ ਆਨੰਦ ਵਿੱਚ ਅਸੀਂ ਬੈਠੇ ਸਾਂ, ਪਰ ਵਾਹਿਗੁਰੂ ਦੇ ਹੁਕਮ ਅੱਗੇ ਅਸੀਂ ਸਿਰ ਝੁਕਾ ਦਿੱਤਾ, ਬੇਨਤੀ ਕਰ ਦਿੱਤੀ, ਠਾੜ ਭਇਓ ਮੈਂ ਜੋਰ ਕਰ ਵਚਨ ਕਹਾ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ ਜਬ ਤੂੰ ਕਰੋ ਸਹਾਏ। ਇਹ ਬੇਨਤੀ ਕਰਕੇ ਮਹਾਰਾਜ ਜੀ ਕਿਰਪਾ ਕਰਿਓ, ਫਿਰ ਆਪ ਸਹਾਇਤਾ ਕਰੋਗੇ ਅਤੇ ਇਹ ਕਾਰਜ ਬਹੁਤ ਵੱਡਾ ਹੈ, ਹੋ ਸਕਦਾ ਹੈ। ਮੈਂ ਨਾ ਚੀਜ਼ ਆਪ ਦਾ ਸੇਵਕ ਏਡਾ ਵੱਡਾ ਕਾਰਜ ਕਰ ਨਹੀਂ ਸਕਦਾ, ਇਹ ਪਾਤਸ਼ਾਹ ਦੀ ਨਿਮਰਤਾ ਸੀ, ਆਪ ਕਿਰਪਾ ਕਰਿਓ। ਹੁਕਮ ਪਾ ਕੇ ਫਿਰ ਮਹਾਰਾਜ ਜੀ ਤਹੀਂ ਪਰ ਕਾਜ ਹਮਾਰਾ ਭਏ, ਸ਼ਹਿਰ ਵਿਖੇ ਭਵ ਲਿਓ। ਪਟਨਾ ਸਾਹਿਬ ਆਪਣੇ ਆਪ ਨੂੰ ਮਹਾਰਾਜ ਜੀ ਨੇ ਪ੍ਰਗਟ ਕੀਤਾ। ਬਾਲ ਲੀਲਾ ਦੇ ਬੜੇ ਕੌਤਕ ਕੀਤੇ ਨੇ ਮਹਾਰਾਜ ਨੇ।
ਉਸ ਤੋਂ ਬਾਅਦ ਆਨੰਦਪੁਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਜਾਂਦੇ ਹਨ। ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਜਦੋਂ ਪੌਣੇ 9 ਸਾਲ ਦੀ ਉਮਰ ਸੀ ਮਹਾਰਾਜ ਜੀ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਸ਼ਮੀਰ ਦੇ ਪੰਡਿਤ ਆਏ ਨੇ ਔਰੰਗਜ਼ੇਬ ਦੇ ਸਤਾਏ ਹੋਏ, ਕਿਉਂਕਿ ਔਰੰਗਜ਼ੇਬ ਨੇ ਇੱਕ ਤਹੀਆ ਕਰ ਲਿਆ ਸੀ। ਜਿੰਨੇ ਵੀ ਕਾਜ਼ੀ ਮਲਾਣੇ ਸਨ ਉਹ ਕਹਿੰਦੇ ਸਨ, ਬਾਦਸ਼ਾਹ ਹੁਣ ਤੇਰੇ ਪਾਸ ਤਾਕਤ ਹੈ, ਹੁਣ ਤੂੰ ਹਿੰਦੂਆਂ ਨੂੰ ਖਤਮ ਕਰਕੇ ਸਾਰਿਆਂ ਨੂੰ ਮੁਸਲਮਾਨ ਬਣਾ ਦੇ। ਉਹਨੇ ਸ਼ੁਰੂ ਵੀ ਕਰ ਦਿੱਤਾ ਸੀ। ਸਵਾ ਮਨ ਜਨੇਊ ਰੋਜ਼ ਦਾ ਲਾਉਂਦਾ ਸੀ, ਸਵਾ ਮਨ ਜਨੇਊ ਅੱਧੇ ਤੋਲੇ ਦਾ ਹੁੰਦਾ ਹੈ, ਹਿਸਾਬ ਲਾ ਲਓ ਹਜ਼ਾਰਾਂ ਲੋਕਾਂ ਨੂੰ ਹਰ ਰੋਜ਼ ਮੁਸਲਮਾਨ ਬਣਾ ਕੇ ਫਿਰ ਕਹਿੰਦੇ ਅੰਨ ਜਲ ਛਕਦਾ ਸੀ। ਉਹ ਕਸ਼ਮੀਰ ਦੇ ਪੰਡਿਤ ਜੋ ਕਰੀਮ ਸੀ, ਜੋ ਬੜੇ ਵਿਦਵਾਨ ਸਨ, ਕਾਜ਼ੀਆਂ ਦੇ ਕਹਿਣ 'ਤੇ ਵੀ ਜੇ ਕਸ਼ਮੀਰ ਦੇ ਪੰਡਿਤ ਮੁਸਲਮਾਨ ਬਣ ਜਾਣ ਤਾਂ ਇਹਨੂੰ ਬਹੁਤੀ ਖੇਚਲ ਕਰਨ ਦੀ ਲੋੜ ਨਹੀਂ, ਬੜਾ ਪ੍ਰਚਾਰ ਕਰ ਦੇਣਗੇ। ਵਾਕਈ ਉਹਦੇ ਮਨ ਵਿੱਚ ਇਹ ਗੱਲ ਜੱਚ ਗਈ, ਬਈ ਠੀਕ ਹੈ। ਉਹਨਾਂ ਨੂੰ ਸੁਨੇਹਾ ਭੇਜ ਦਿੱਤਾ, ਬਈ 6 ਮਹੀਨੇ ਦੀ ਮੋਹਲਤ ਦਿੰਦੇ ਹਾਂ ਤੁਹਾਨੂੰ, ਜਾਂ ਤਾਂ ਮੁਸਲਮਾਨ ਬਣ ਜਾਓ, ਫਿਰ ਜੀਓ ਜੀ ਸਦਕੇ, ਪਰ ਜੇ ਮੁਸਲਮਾਨ ਨਹੀਂ ਬਣਨਾ ਫਿਰ ਮਰਨ ਵਾਸਤੇ ਤਿਆਰ ਹੋ ਜਾਓ। ਜਿਉਣ ਦਾ ਰਸਤਾ ਇੱਕੋ ਹੀ ਹੈ, ਵੀ ਤੁਸੀਂ ਆਪਣਾ ਧਰਮ ਛੱਡ ਦਿਓ, ਮੁਸਲਮਾਨ ਬਣੋ। ਤਿੰਨ ਹੀ ਰਸਤਾ, ਕੋਈ ਨਹੀਂ, ਜਿਉਣ ਦਾ ਦਰਵਾਜ਼ਾ ਬੰਦ। ਉਹ ਵਿਚਾਰੇ ਡਰਦੇ ਮੌਤ ਤੋਂ ਸ਼ਿਵ ਜੀ ਦੇ ਮੰਦਰਾਂ ਦੇ ਵਿੱਚ ਜਾ ਕੇ ਬੜੇ ਚਲੀਸੇ ਕੱਟੇ, ਉੱਥੋਂ ਇਸ਼ਾਰਾ ਹੋਇਆ, ਕਹਿੰਦੇ ਪੱਤਰਿਕਾ ਵੀ ਮਿਲੀ ਵੀ ਇਸ ਵੇਲੇ ਹੈ ਜੇ ਜੋ ਹੈ ਪੰਡਿਤ ਲੋਕੋ, ਜੇ ਤੁਹਾਡੇ ਧਰਮ ਦੀ ਕੋਈ ਰੱਖਿਆ ਕਰ ਸਕਦਾ ਹੈ ਤਾਂ ਕੇਵਲ ਗੁਰੂ ਨਾਨਕ ਦਾ ਘਰ ਹੈ, ਕਿਉਂਕਿ ਉੱਚਾ ਤਾਂ ਗੁਰੂ ਨਾਨਕ ਦਾ ਹੀ ਘਰ ਹੋਇਆ ਨਾ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਅਤ ਉੱਚਾ ਹੈ ਗੁਰੂ ਨਾਨਕ ਦਾ ਦਰ। ਇਸ਼ਾਰਾ ਹੋਇਆ ਵੀ ਉੱਥੇ ਜਾਓ, ਉਹਦੇ ਚਰਨਾਂ ਵਿੱਚ ਜਾਓ, ਗੁਰੂ ਨਾਨਕ ਦੇ ਚਰਨਾਂ ਵਿੱਚ ਜਾਓ, ਉਹ ਤੁਹਾਡੇ ਧਰਮ ਦੀ ਰੱਖਿਆ ਕਰ ਸਕਦੇ ਹਨ। ਉਸ ਵੇਲੇ ਪਤਾ ਲੱਗਿਆ ਵੀ ਗੁਰੂ ਨਾਨਕ ਦੀ ਗੱਦੀ ਦੇ 9ਵੇਂ ਜਾਨਸ਼ੀਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਜੋਤ ਜਗਾਉਂਦੇ ਹਨ। ਅਨੰਦਪੁਰ ਸਾਹਿਬ ਪਹੁੰਚ ਜਾਂਦੇ ਹਨ, ਗਲਾਂ ਵਿੱਚ ਪੱਲੇ ਪਾਏ ਨੇ, ਅੱਖਾਂ 'ਚ ਜਲ ਜਾ ਰਿਹਾ ਹੈ, ਉਹ ਰੋ ਰੋ ਕੇ ਬੇਨਤੀਆਂ ਕਰ ਰਹੇ ਨੇ, ਮਹਾਰਾਜ ਤੁਹਾਡਾ ਦਰ ਵੱਡਾ ਸੁਣਿਆ ਹੈ, ਇਸ ਤਰ੍ਹਾਂ ਕਹਿੰਦੇ ਨੇ, ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਚਾਦਰ ਬਾਬੇ ਨਾਨਕ ਦਾ,
ਤੇਰੇ ਗਾਵ ਤੁਧਰੇ ਸੁਣ ਤੇ ਉਧਰੇ ਬਿਨਸੇ ਪਾਪ ਘਨੇਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੈ ਪਾਹਣ ਪਾਰ ਉਤਾਰੈ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ। ਮਹਾਰਾਜ ਜੀ, ਔਰੰਗਜ਼ੇਬ ਨੇ ਸਾਨੂੰ 6 ਮਹੀਨੇ ਦੀ ਮੋਹਲਤ ਦਿੱਤੀ ਹੈ, 6 ਮਹੀਨੇ ਦੇ ਅੰਦਰ ਅੰਦਰ ਫੈਸਲਾ ਤੁਸੀਂ ਕਰ ਲਓ। ਜੇ ਜਿਉਣਾ ਚਾਹੁੰਦੇ ਹੋ ਫਿਰ ਮੁਸਲਮਾਨ ਬਣ ਜਾਓ, ਧਰਮ ਬਦਲੀ ਕਰ ਲਓ। ਜੇ ਤੁਸੀਂ ਨਹੀਂ ਜਿਉਣਾ ਚਾਹੁੰਦੇ ਫਿਰ ਮਰਨ ਵਾਸਤੇ ਤਿਆਰ ਹੋ ਜਾਓ, ਹੋਰ ਕੋਈ ਰਸਤਾ ਨਹੀਂ। ਮਹਾਰਾਜ ਜੀ, ਰਸਤਾ ਜਿਉਣ ਦਾ ਸਾਡਾ ਬੰਦ ਹੋ ਚੁੱਕਿਆ ਹੈ, ਸਾਡੇ ਧਰਮ ਦਾ ਵਿਹੜਾ ਡੁੱਬ ਜਾਏਗਾ। ਧਰਮ ਵੀ ਨਹੀਂ ਛੱਡਣਾ ਚਾਹੁੰਦੇ ਅਸੀਂ, ਕਿਉਂਕਿ ਧਰਮ ਹੀ ਬੰਦੇ ਜਿੱਥੋਂ ਤੱਕ ਸੋਝੀ ਹੈ ਉਹਨੂੰ, ਉਹ ਨਹੀਂ ਚਾਹੁੰਦਾ ਵੀ ਮੈਂ ਆਪਣਾ ਧਰਮ ਕਨਵਰਟ ਕਰ ਲਵਾਂ। ਹਾਂ, ਨਾ ਸੋਝੀ ਹੋਵੇ ਫਿਰ ਚਾਹ ਦੀ ਪਿਆਲੀ ਪਿੱਛੇ ਵੀ ਬੰਦਾ ਧਰਮ ਬਦਲ ਲੈਂਦਾ ਹੈ। ਉਹ ਹੁਣ ਮਰਨਾ ਵੀ ਨਹੀਂ ਚਾਹੁੰਦੇ ਅਤੇ ਧਰਮ ਨਹੀਂ ਛੱਡਣਾ ਚਾਹੁੰਦੇ, ਕਿਉਂਕਿ ਮਹਾਰਾਜ ਦਾ ਹੀ ਵਚਨ ਸੀ ਇਹ, ਬਾਣ ਧਰਮ ਦੀ ਕਦੇ ਨਾ ਵਈ ਛੱਡੀਏ, ਚੱਲੀਏ ਹਜ਼ਾਰਾਂ ਦੁੱਖੜੇ। ਬਾਣ ਧਰਮ ਦੀ ਕਦੇ ਨਾ ਛੱਡੀਏ, ਚੱਲੀਏ ਹਜ਼ਾਰਾਂ ਦੁੱਖੜੇ। ਚੱਲੀਏ ਵਾਹਿਗੁਰੂ,
ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀਏ, ਮਨ ਹੋੜੀਏ ਬਾਹੇ ਜਿਨ੍ਹਾਂ ਦੀ ਪਕੜੀਏ, ਸਿਰ ਦੀਜੈ ਮਾਹੇ ਨਾ ਛੋੜੀਏ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ, ਧਰ ਪਈਏ ਸਿਰ ਤੱਕ ਲੱਗ ਜੇ ਪਰ ਧਰਮ ਨਾ ਛੱਡੀਏ। ਧਰਮ ਵੀ ਨਹੀਂ ਛੱਡਣਾ ਚਾਹੁੰਦੇ, ਮਰਨਾ ਵੀ ਨਹੀਂ ਚਾਹੁੰਦੇ। ਮਹਾਰਾਜ ਜੀ, ਰਸਤਾ ਕੋਈ ਹੋਰ ਹੈ? ਜਿਉਣ ਦਾ ਕੋਈ ਰਾਹ ਤੁਸੀਂ ਦਿਖਾ ਸਕਦੇ ਹੋ? ਗੁਰੂ 'ਚ ਸਮਰੱਥਾ ਹੈ ਸਾਧ ਸੰਗਤ, ਗੁਰੂ ਹਰ ਤਰ੍ਹਾਂ ਦਾ ਰਸਤਾ ਦੱਸ ਸਕਦਾ ਹੈ। ਗੁਰੂ ਦੇ ਅਰਥ ਹੀ ਹਨ, ਗੋ ਨਾਮ ਅੰਧੇਰਾ, ਰੂਹ ਨਾਮ ਪ੍ਰਕਾਸ਼। ਜਿਹੜਾ ਅਗਿਆਨਤਾ ਦੇ ਦੇਰੇ 'ਚੋਂ ਕੱਢ ਕੇ ਗਿਆਨ ਦੇ ਪ੍ਰਕਾਸ਼ ਵਿੱਚ ਪਹੁੰਚਾ ਦੇਵੇ ਤਾਂ ਰਸਤੇ ਰਸਤੇ ਨੇ ਫਿਰ। ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ, ਮਹਾਰਾਜ ਜੀ ਕਿਰਪਾ ਕਰੋ, ਸਾਡਾ ਧਰਮ ਦਾ ਬੇੜਾ ਡੁੱਬ ਰਿਹਾ ਹੈ। ਆਪ ਜਿਵੇਂ ਮੱਖਣ ਸ਼ਾਹ ਲਵਾਣੇ ਦਾ ਜਹਾਜ਼ ਡੁੱਬਦਾ ਪਾਰ ਕੀਤਾ ਸੀ ਨਾ ਮੋਢਾ ਲਾ ਕੇ, ਮਹਾਰਾਜ ਜੀ ਹੁਣ ਮੋਢੇ ਦੀ ਜਗ੍ਹਾ ਪਤਾ ਨਹੀਂ ਤੁਹਾਨੂੰ ਸਿਰ ਲਾਉਣਾ ਪਵੇ, ਪਰ ਸਾਡਾ ਧਰਮ ਦਾ ਬੇੜਾ ਬਚਾ ਲਓ। ਅਸੀਂ ਤੁਹਾਡੀ ਚਰਨ ਸ਼ਰਨ ਵਿੱਚ ਆਏ ਹਾਂ, ਹੋਰ ਕੋਈ ਰਾਹ ਨਹੀਂ ਹੈ ਹੁਣ। ਸਾਡਾ ਡੁੱਬਦਾ ਬੇੜਾ ਪਾਰ ਕਰੀ, ਸਾਡਾ ਡੁੱਬਦਾ ਬੇੜਾ ਪਾਰ ਕਰੀ, ਜਿਸ ਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕਹੋ।
ਪਾਰ ਲੰਘਾਵੇ। ਮਹਾਰਾਜ ਜੀ, ਡੁੱਬਦਾ ਬੇੜਾ ਆਪ ਸਾਡਾ ਪਾਰ ਕਰ ਸਕਦੇ ਹੋ? ਮਹਾਰਾਜ ਜੀ ਕਹਿੰਦੇ ਹਾਂ। ਔਰੰਗਜ਼ੇਬ ਉਹਨੇ ਇੱਕ ਮਨ ਬਣਾ ਲਿਆ ਵੀ ਧਰਮ ਖਤਮ ਕਰ ਦੇਣਾ, ਹਿੰਦੂ ਕੇਵਲ ਮੁਸਲਮਾਨ ਹੀ ਰਹਿ ਜਾਣਗੇ। ਕਾਜ਼ੀਆਂ ਨੇ ਕਹਿ ਦਿੱਤਾ, ਉਹਨੂੰ ਪੁੱਠੇ ਰਾਹ ਪਾ ਦਿੱਤਾ ਵੀ ਇੱਕੋ ਹੀ ਧਰਮ ਹੋਵੇ, ਇੱਕੋ ਹੀ ਬਣਾ ਦੇ, ਰੌਲੇ ਰੋਜ਼ ਦੇ ਮੁੱਕ ਜਾਣ। ਅਤੇ ਉਹ ਮਨ ਬਣਾਈ ਬੈਠਾ ਹੈ, ਉਹ ਲੱਗਿਆ ਹੋਇਆ ਇਸ ਕੰਮ ਦੇ ਵਿੱਚ ਕਿ ਹਰ ਤਰ੍ਹਾਂ ਦਾ ਜ਼ੁਲਮ ਕਰਦਾ ਹੈ ਔਰੰਗਜ਼ੇਬ। ਮਹਾਰਾਜ ਜੀ ਕਹਿੰਦੇ ਇੱਕ ਰਸਤਾ ਹੈ ਭਾਈ ਪੰਡਿਤ ਲੋਕੋ, ਇੱਕ ਰਸਤਾ ਹੈ। ਤੁਹਾਡੇ ਧਰਮ ਦੀ ਖਾਤਰ ਕੋਈ ਬ੍ਰਹਮ ਗਿਆਨੀ ਤੱਤ ਬੇਤਾ, ਜਿਹੜਾ ਦੇਹ ਅਧਿਆਸ ਤੋਂ ਉੱਚਾ ਹੈ, ਸਰੀਰ ਨੂੰ ਨਾਸ਼ਵੰਤ ਮੰਨਣ ਵਾਲਾ, ਉਹ ਤੁਹਾਡੇ ਧਰਮ ਦੀ ਖਾਤਰ ਆਪਣਾ ਸਿਰ ਦੇਵੇ, ਫਿਰ ਬਚ ਸਕਦਾ ਹੈ ਤੁਹਾਡਾ ਧਰਮ, ਹੋਰ ਕੋਈ ਰਾਹ ਨਹੀਂ। ਜਦੋਂ ਇਹ ਵਚਨ ਕੀਤਾ, ਸੰਨਾਟਾ ਛਾ ਗਿਆ, ਸਭ ਨੇ ਨੀਵੀਆਂ ਪਾ ਲੀਆਂ। ਉਸ ਵੇਲੇ ਕਲੀਧਰ ਪਾਤਸ਼ਾਹ ਗੋਬਿੰਦ ਰਾਏ, ਪੌਣੇ 9 ਸਾਲ ਦੀ ਉਮਰ, ਛੋਟੇ ਛੋਟੇ ਹੱਥ ਜੋੜ ਕੇ ਬੇਨਤੀ ਕਰਦੇ ਨੇ, ਗੁਰੂ ਪਿਤਾ ਜੀਓ, ਆਪ ਨੇ ਵਚਨ ਕਰ ਦਿੱਤਾ, ਸਭ ਨੇ ਸੁਣ ਲਿਆ, ਵੇ ਕੋਈ ਬ੍ਰਹਮ ਗਿਆਨੀ ਤੱਤ ਵੇਤਾ ਆਪਣਾ ਸਿਰ ਦੇਵੇ, ਪਰ ਮਹਾਰਾਜ ਜੀ ਮੇਰੀ ਨਿਗਾਹ ਵਿੱਚ ਅੱਜ ਕੋਈ ਹੈ ਨਹੀਂ ਇਹੋ ਜਿਹਾ। ਰਹਿਓ ਸੰਤ ਹੋ ਟੋਲ, ਸਾਧਵੋ ਤੇਰੇ ਡਿੱਠੇ, ਸੰਨਿਆਸੀ ਤਪਸੀ ਹੈ ਮੁੱਖੋਂ ਇਹ ਪੰਡਿਤ ਮਿੱਠੇ, ਵਰ ਸੇਖ ਹੋ ਫਿਰਿਓ ਕਿਨੇ ਨੋ ਪਰਚੋ ਲਾਇਓ, ਕਹਿਤਿਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ ਹੋ ਕਿਆ ਕਹੋ, ਗੁਰਦੇਵ ਲਾਏ ਭਿੱਖਿਆ ਜਿਵ ਤੁਮ ਰੱਖੈ ਤਿਵੈ ਰਹੋ। ਮਹਾਰਾਜ ਜੀ ਕੋਈ ਹੈ ਨਹੀਂ ਇਹੋ ਜਿਹਾ ਪਰਵਕਾਰੀ ਜਿਹੜਾ ਇਹਨਾਂ ਦੀ ਖਾਤਰ ਆਪਣਾ ਸਿਰ ਦੇਵੇ। ਮਹਾਰਾਜ ਜੀ ਕਹਿੰਦੇ ਤੂੰ ਬੇਟਾ ਕਹਿਣਾ ਕੀ ਚਾਹੁੰਦਾ? ਮਹਾਰਾਜ ਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਦਿਓ ਸਿਰ, ਤੁਸੀਂ ਕਿਰਪਾ ਕਰੋ, ਇਹਨਾਂ ਦੀ ਗਰੀਬਾਂ ਦੀ, ਸ਼ਰਨ ਸ਼ਰਨ ਆਇਆਂ ਦੀ ਲਾਜ ਰੱਖੋ। ਤਿਲਕ ਜੰਦੂ ਦੀ ਰਾਖੀ ਵਾਸਤੇ ਦਿੱਲੀ ਜਾ ਕੇ ਲਾ ਦਿਓ ਸੀਸ ਨੂੰ, ਤਿਲਕ ਜੰਦੂ ਦੀ ਰਾਖੀ ਵਾਸਤੇ ਦਿੱਲੀ ਜਾ ਕੇ ਲਾ ਦਿਓ ਸੀਸ ਨੂੰ, ਦਿੱਲੀ ਜਾ ਕੇ ਆਪ ਕਿਰਪਾ ਕਰੋ। ਜਦੋਂ ਇਹ ਵਚਨ ਕੀਤੇ, ਮਹਾਰਾਜ ਬੜੇ ਖੁਸ਼ ਹੋਏ, ਬੇਟਾ ਸ਼ਾਬਾਸ਼, ਤੇਰੇ ਇਹਨਾਂ ਵਚਨਾਂ ਤੋਂ ਮੈਨੂੰ ਇਹ ਅਨੁਭਵ ਹੋ ਗਿਆ, ਤੂੰ ਦੇਸ਼ ਕੌਮ ਦੀ ਖਾਤਰ, ਧਰਮ ਦੀ ਖਾਤਰ ਸਰਬੰਸ ਹੀ ਕੁਰਬਾਨ ਕਰ ਦੇਗਾ। ਠੀਕ ਹੈ ਪੰਡਿਤ ਲੋਕੋ, ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ, ਗੁਰੂ ਤੇਗ ਬਹਾਦਰ ਸਾਡੇ ਗੁਰੂ ਹਨ, ਉਹਨਾਂ ਨੂੰ ਮੁਸਲਮਾਨ ਬਣਾ ਲਓ, ਅਸੀਂ ਸਾਰੇ ਤੇਰੇ ਨਾਲ ਵਾਅਦਾ ਕਰਦੇ ਹਾਂ, ਅਸੀਂ ਮੁਸਲਮਾਨ ਉਸੇ ਵੇਲੇ ਬਣ ਜਾਵਾਂਗੇ। ਕਿੱਡੀ ਵੱਡੀ ਜ਼ਿੰਮੇਵਾਰੀ ਗੁਰੂ ਨੇ ਲੈ ਲਈ ਸਾਧ ਸੰਗਤ, ਇਹਦਾ ਮਤਲਬ ਉਹ ਪੰਡਿਤਾਂ ਨੂੰ ਵੀ ਸ਼ਰਧਾ ਸੀ ਵੀ ਗੁਰੂ ਮਹਾਰਾਜ ਸਿਰ ਤਾਂ ਦੇ ਦੇਣਗੇ ਪਰ ਸਾਡੇ ਧਰਮ ਨੂੰ ਆਂਚ ਨਹੀਂ ਲੱਗਣ ਦੇਣਗੇ। ਉਹਨਾਂ ਨੇ ਔਰੰਗਜ਼ੇਬ ਨੂੰ ਜਦੋਂ ਜਾ ਕੇ ਕਿਹਾ ਤਾਂ ਬੜਾ ਖੁਸ਼ ਹੋਇਆ ਵੀ ਇੱਕ ਬੰਦੇ ਨੂੰ ਮੁਸਲਮਾਨ ਬਣਾਉਣਾ ਕੀ ਔਖਾ ਹੈ, ਬੇਗਮਾਂ ਦੇ ਡੋਲਿਆਂ ਦਾ ਲਾਲਚ ਦੇ ਦਿਆਂਗੇ।
ਫਿਰ ਰਾਜ ਭਾਗ ਦਾ ਹਿੱਸਾ ਅੱਧਾ ਦੇ ਦਿਆਂਗੇ, ਹੋਰ ਬਹੁਤ ਕੁਛ ਹੈ ਡਰਾਬੇ ਦਿਆਂਗੇ, ਕੁਛ ਤਾਂ ਕੋਈ ਨਾ ਕੋਈ ਤਾਂ ਗੱਲ, ਕਿਵੇਂ ਨਾ ਕਿਵੇਂ ਤਾਂ ਉਹ ਮੁਸਲਮਾਨ ਬਣਨ ਨੂੰ ਤਿਆਰ ਹੀ ਹੋ ਜਾਏਗਾ ਨਾ। ਉਹਨੂੰ ਨਹੀਂ ਪਤਾ, ਉਹ ਆਮ ਬੰਦਾ ਸਮਝਦਾ, ਪਰ ਇਹ ਉਹੀ ਗੁਰੂ ਨਾਨਕ ਦੀ ਜੋਤ ਹੈ ਜਿਹਨੇ ਬਾਬਰ ਨੂੰ ਜਾਬਰ ਕਿਹਾ ਸੀ। ਜਿਹੜੇ ਲਿਖ ਚੁੱਕੇ ਹਨ, ਭੈ ਕਾਹੂੰ ਕਹੋ ਦੇਤ ਨੈ ਨਹਿ ਭੈ ਮਾਨ ਤਾਨ ਕਹੋ ਨਾਨਕ ਤੁਨ ਰੇ ਮਨਾ ਗਿਆਨੀ ਤਾਹੇ ਬਕਾਨ, ਇਹ ਬੇਪਰਵਾਹ ਸਤਿਗੁਰੂ ਹਨ। ਮੁੱਕ ਦੀ ਗੱਲ, ਔਰੰਗਜ਼ੇਬ ਨਾਲ ਮਿਲਾਪ ਹੋਇਆ ਮਹਾਰਾਜ ਜੀ ਦਾ। ਮਹਾਰਾਜ ਜੀ ਕਹਿੰਦੇ, ਔਰੰਗਜ਼ੇਬ ਕੀ ਚਾਹੁੰਦਾ ਮੈਂ ਜੀ, ਖੁਦਾ ਦੀ ਬੜੀ ਕਿਰਪਾ ਹੈ ਮੇਰੇ 'ਤੇ, ਚੱਕਰਵਰਤੀ ਰਾਜਾ ਹਾਂ ਮੈਂ ਅਤੇ ਮੇਰੇ ਵਿੱਚ ਤਾਕਤ ਹੈ। ਮੈਂ ਰੋਜ਼ ਦੇ ਝਗੜੇ ਜਿਹੜੇ ਹਿੰਦੂਆਂ ਮੁਸਲਮਾਨਾਂ ਦੇ ਹੁੰਦੇ ਨੇ ਨਾ, ਖੈ ਖੈ ਮਰਦੇ ਬਾਹਮਣ ਮਿਲਾਉਣੇ, ਬਾਹਮਣ ਮਿਲਾਉਣੇ ਆਪਸ ਵਿੱਚ ਹੀ ਲੜੀ ਜਾਂਦੇ ਨੇ, ਅਤੇ ਜਦੋਂ ਸਾਰੇ ਬਾਹਮਣ ਰਹੇਗਾ ਹੀ ਨਹੀਂ ਕੋਈ, ਹਿੰਦੂ ਰਹੇਗਾ ਹੀ ਨਹੀਂ ਕੋਈ, ਮੁਸਲਮਾਨੀ ਹੈਦਰੀ ਝੰਡਾ ਹੀ ਝੁੱਲ ਜਾਏਗਾ, ਫਿਰ ਮਹਾਰਾਜ ਜੀ ਰੌਲਾ ਕਾਹਦਾ। ਮਹਾਰਾਜ ਕਹਿੰਦੇ, ਰੱਬ ਦਾ ਬਾਗ ਹੈ, ਤੈਨੂੰ ਨਹੀਂ ਪਤਾ, ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ, ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗ। ਇਹ ਬੜਾ ਸੁਹਾਵਾ ਸੁੰਦਰ ਬਾਗ ਹੈ ਵਾਹਿਗੁਰੂ ਦਾ। ਬਾਗ ਤਾਂ ਹੈ ਕਿਉਂਕਿ ਇਹਦੇ ਵਿੱਚ ਨਾਨਾ ਪ੍ਰਕਾਰ ਦੇ ਫੁੱਲ ਖਿੜੇ ਹੋਏ ਹਨ। ਜੇ ਇਕੱਲਾ ਹੀ ਇੱਕ ਗੇਂਦਾ ਹੀ ਗੇਂਦਾ ਹੋਵੇ ਜਾਂ ਗੁਲਾਬ ਹੀ ਹੋਵੇ, ਉਹਨੂੰ ਬਾਗ ਨਹੀਂ ਕਿਹਾ ਜਾਂਦਾ। ਬਾਗ ਉਹ ਹੈ ਜਿੱਥੇ ਕਲੀਆਂ ਵੀ ਖਿੜੀਆਂ ਹੋਈਆਂ ਨੇ, ਜਿੱਥੇ ਗੇਂਦੇ ਵੀ ਖਿੜੇ ਹੋਏ ਹਨ, ਹਰ ਤਰ੍ਹਾਂ ਦੇ ਫੁੱਲ ਫਲ ਹਨ, ਉਹਨੂੰ ਬਾਗ ਕਿਹਾ ਜਾਂਦਾ ਹੈ। ਇਹ ਸੁੰਦਰ ਬਾਗ ਵਾਹਿਗੁਰੂ ਦਾ ਹੈ, ਉਹਦੀ ਰਚਨਾ ਹੈ। ਅਤੇ ਇਸ ਕਰਕੇ ਇਹ ਨਾਨਾ ਪ੍ਰਕਾਰ ਦੀ ਰਚਨਾ ਨੂੰ ਤੂੰ ਇੱਕ ਨਹੀਂ ਕਰ ਸਕਦਾ, ਨਹੀਂ ਹੋਣਾ। ਨਰ ਚਾਹਤ ਕਛਾਓਰ ਔਰਾ ਕੀ ਔਰਾ ਭਈ ਚਿਤਵਤ ਰਹੋ ਠਗੌਰ, ਨਾਨਕ ਫਾਤੀ ਗੱਲ ਭਰੀ। ਬੰਦਾ ਬੜਾ ਕੁਝ ਚਾਹੁੰਦਾ ਪਰ ਹੁੰਦਾ ਉਹੀ ਹੈ ਜੋ ਪ੍ਰਭੂ ਨੂੰ ਪਾਉਂਦਾ ਹੈ। ਪਰਮੇਸ਼ੁਰ ਨੂੰ ਮਹਾਰਾਜ ਕੀ ਪਾਉਂਦਾ? ਮਹਾਰਾਜ ਕਹਿੰਦੇ ਤੂੰ ਇੱਕ ਕਰਨਾ, ਪਰਮੇਸ਼ੁਰ ਨੂੰ ਪਾਉਂਦਾ ਦੋ ਦੇ ਤਿੰਨ ਬਣ ਜਾਣੇ ਹੈ। ਤੀਸਰਾ ਮਰਦ ਗੰਬੜਾ ਪ੍ਰਗਟ ਕਰਨ ਵਾਸਤੇ ਖਾਲਸੇ ਨੂੰ, ਉਹ ਵੀ ਸੰਸਾਰ ਵਿੱਚ ਪ੍ਰਗਟ ਹੋ ਚੁੱਕਿਆ ਹੈ। ਪ੍ਰਗਟੋ ਮਰਦ ਗੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਕਹਿੰਦਾ ਜੀ ਮੈਂ ਤਾਂ ਮੰਨਦਾ ਨਹੀਂ, ਪ੍ਰੈਕਟੀਕਲੀ ਦਿਖਾਓ। ਮਹਾਰਾਜ ਕਹਿੰਦੇ ਮਿਰਚਾਂ ਲਾਇਆ ਸਵਾ ਮਣ ਮਿਰਚਾਂ ਲਿਆਂਦੀਆਂ, ਫੂਕ ਲੈ ਫੂਕ ਲੀਆਂ, ਕਹਿੰਦੇ ਇਹਨਾਂ ਨੂੰ ਛਾਣ ਲੈ। ਜਦੋਂ ਮਿਰਚਾਂ ਛਾਣੀਆਂ, ਤਿੰਨ ਸਾਬਤੀਆਂ ਨਿਕਲੀਆਂ ਸਾਧ ਸੰਗਤ। ਆਹ ਦੇਖ, ਪਰਮੇਸ਼ੁਰ ਨੂੰ ਇਹ ਪਾਉਂਦਾ ਹੈ। ਇਹ ਹੋਣਾ ਨਹੀਂ, ਦੋ ਤੋਂ ਇੱਕ ਨਹੀਂ ਹੋਣਾ, ਦੋ ਤੋਂ ਤਿੰਨ ਬਣਨਗੇ। ਤੋ ਖੈਰ ਔਰੰਗਜ਼ੇਬ ਫਿਰ ਕਹਿੰਦਾ ਜੀ ਤੁਸੀਂ ਕਿਉਂ, ਤੁਹਾਨੂੰ ਕੀ ਲੋੜ ਹੈ? ਤੁਸੀਂ ਤਿਲਕ ਨਹੀਂ ਲਾਉਂਦੇ, ਤੁਸੀਂ ਜਨੇਊ ਨਹੀਂ ਪਾਉਂਦੇ, ਤਿਲਕ ਦੀ ਖਾਤਰ ਤੁਸੀਂ ਜਨੇਊ ਦੀ ਖਾਤਰ ਕਿਉਂ ਮਰਨ ਵਾਸਤੇ ਤਿਆਰ ਹੋ ਗਏ, ਕਿਉਂ ਅੱਗੇ ਆ ਗਏ? ਮਹਾਰਾਜ ਜੀ ਕਹਿੰਦੇ ਮੈਂ ਤਿਲਕ ਲਾਉਂਦਾ ਨਹੀਂ, ਪਰ ਤਿਲਕ ਲਾਉਣ ਵੀ ਨਹੀਂ ਦੇਣਾ। ਮੈਂ ਜਨੇਊ ਪਾਉਂਦਾ ਨਹੀਂ, ਪਰ ਲਾਉਣ ਵੀ ਨਹੀਂ ਦੇਣਾ। ਦੇਖੋ ਇਹ ਧਰਮ ਜਿਹੜਾ ਹੈ ਸਾਧ ਸੰਗ ਸਭ ਦਾ, ਫਿਰ ਆਪੋ ਆਪਣਾ ਧਰਮ ਆਪ ਨੂੰ ਸਭ ਨੂੰ ਪਿਆਰਾ ਹੈ, ਪਰ ਮਹਾਰਾਜ ਜੀ ਤਾਂ ਸਾਂਝੇ ਰਹਿਬਰ ਹਨ। ਨਹੀਂ ਲੋੜ ਕੀ ਸੀ ਮਹਾਰਾਜ ਜੀ ਨੂੰ ਕਿਸੇ ਦੇ ਧਰਮ ਦੀ ਖਾਤਰ ਏਡਾ ਵੱਡਾ ਜਹਾਜ਼ ਖੜ੍ਹਾ ਕਰਨਾ ਕੀ ਲੋੜ ਸੀ? ਪਰ ਮਹਾਰਾਜ ਜੀ ਕਹਿੰਦੇ ਧਰਮ ਕਿਸੇ ਦਾ ਵੀ ਹੈ, ਉਹਦਾ ਧਰਮ ਨੂੰ ਬੇਧਰਮ ਅਸੀਂ ਨਹੀਂ ਹੋਣ ਦਿਆਂਗੇ। ਤੋ ਫਿਰ ਕਹਿੰਦਾ ਜੀ ਤੁਸੀਂ ਕਰਾਮਾਤ ਦਿਖਾ ਦਿਓ। ਕਹਿੰਦੇ ਕਰਾਮਾਤ ਨਾਮ ਹੈ ਕਹਿਰ ਦਾ, ਮੋਝਾ, ਕਰਾਮਾਤ ਅਸੀਂ ਨਹੀਂ ਦਿਖਾਉਂਦੇ। ਕਰਾਮਾਤ ਦਾ ਮਤਲਬ ਹੁੰਦਾ ਰੱਬ ਦੀ ਕੀਤੀ ਹੋਈ ਨੂੰ ਬਦਲ ਦੇਣਾ,
ਇਹਦਾ ਮਤਲਬ ਗੁਰਮੁਖ ਤਾਂ ਉਹਦੇ ਭਾਣੇ ਵਿੱਚ ਹੈ, ਉਹਨੂੰ ਉਲਟ ਪੁਲਟ ਥੋੜ੍ਹੀ ਕਰੇਗਾ, ਕਰਾਮਾਤ ਨਹੀਂ ਦਿਖਾਉਣੀ। ਫਿਰ ਤੁਸੀਂ ਮੁਸਲਮਾਨ ਬਣ ਜਾਓ, ਕਹਿੰਦੇ ਮੁਸਲਮਾਨ ਅਸੀਂ ਆਪਣਾ ਧਰਮ ਕਿਉਂ ਛੱਡੀਏ, ਫਿਰ ਮਰਨ ਵਾਸਤੇ ਤਿਆਰ। ਹਾਂ ਇਹ ਹੋ ਸਕਦਾ, ਅਸੀਂ ਆਪਣੇ ਸਰੀਰ ਦਾ ਠੀਕਰਾ ਤੇਰੇ ਸਿਰ ਵਿੱਚ ਭੰਨ ਦਿਆਂਗੇ, ਭੰਨਣ ਵਾਸਤੇ ਹੀ ਆਏ ਹਾਂ। ਫਿਰ ਔਰੰਗਜ਼ੇਬ ਨੇ ਤਿੰਨ ਸਿੱਖਾਂ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਵੀ ਹੋ ਸਕਦਾ ਗੁਰੂ ਮਹਾਰਾਜ ਡਰਦੇ ਮਰ ਜਾਣ। ਪਹਿਲਾਂ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਦਿੱਤਾ ਸਾਧ ਸੰਗਤ, ਭਾਈ ਸਤੀ ਦਾਸ ਨੂੰ ਅੱਗ ਲਾ ਕੇ ਜਿਉਂਦੇ ਨੂੰ ਫੂਕ ਦਿੱਤਾ, ਫਿਰ ਭਾਈ ਦਿਆਲੇ ਨੂੰ ਉੱਬਲਦੇ ਦੇਗੇ ਵਿੱਚ ਬਿਠਾਉਣ ਦੇ ਵਾਸਤੇ ਕਾਜੀ ਪੁੱਛਦਾ ਹੈ, ਭਾਈ ਦਿਆਲਿਆ ਸੁਣਿਆ ਤੁਹਾਨੂੰ ਕੋਈ ਨਾਮ ਦਾ ਰੰਗ ਚੜ੍ਹਿਆ ਹੈ, ਬਾਣੀ ਦਾ ਰੰਗ ਚੜ੍ਹਿਆ ਹੈ? ਚੜ੍ਹਿਆ, ਕਹਿੰਦਾ। ਕਹਿੰਦਾ ਜੇ ਚੜ੍ਹਿਆ ਫਿਰ ਉਹ ਪੱਕਾ ਹੈ ਕਿ ਕੱਚਾ? ਕਹਿੰਦਾ ਵੀ ਪੱਕਾ ਹੀ ਹੈ, ਨਾਮ ਦਾ ਰੰਗ ਤਾਂ ਪੱਕਾ ਹੀ ਹੁੰਦਾ। ਕੱਚਾ ਰੰਬ ਕੁਸੁੰਭ ਕੁਸੁੰਭ ਕਾ ਥੋੜ੍ਹਿਆਂ ਦਿਨ ਚਾਰ ਜੀਓ, ਪਰ ਕਾਇਆ ਕਾਪਰ ਚੀਰ ਵੋ ਫਾਰੇ, ਨਾਮ ਐਸਾ ਪੱਕਾ ਹੈ ਆ ਰੰਗ ਨਾ ਰਹੇ ਸੁਭਾਗਾ, ਇਹ ਰੰਗ ਲਹਿੰਦਾ ਹੀ ਨਹੀਂ। ਕਹਿੰਦਾ ਵੀ ਮੈਂ ਪਰਖ ਕਰਨੀ ਚਾਹੁੰਦਾ। ਕਿਵੇਂ? ਕਹਿੰਦਾ ਦੇਗੇ ਵਿੱਚ ਤੈਨੂੰ ਬਿਠਾਊਂਗਾ, ਜੇ ਤਾਂ ਪੱਕਾ ਹੋਇਆ ਫਿਰ ਤਾਂ ਤੂੰ ਸੀ ਨਹੀਂ ਕਰੇਗਾ, ਜੇ ਕੱਚਾ ਹੋਇਆ ਫਿਰ ਤੇਰੀਆਂ ਕੂਕਾਂ 3 ਮੀਲ ਤੱਕ ਸੁਣਨਗੀਆਂ। ਕਹਿੰਦਾ ਫਿਰ ਦੇਰ ਕਾਹਦੀ, ਜਲਦੀ ਕਰ, ਫਿਰ ਲਿਆ ਦੇਗਾ। ਉਬਲਦਾ ਦੇਗਾ ਲਿਆਂਦਾ ਗਿਆ, ਬੈਠ ਜਾਏ ਦੇ ਵਿੱਚ ਹੁਕਮ ਹੋ ਗਿਆ। ਭਾਈ ਦਿਆਲਾ ਇੱਕ ਸਕਿੰਟ ਜੇ ਅੰਦਰ ਝਾਤੀ ਮਾਰਦਾ ਦੇਗੇ ਦੇ ਵਿੱਚ, ਕਹਿੰਦਾ ਕੀ ਗੱਲ, ਡਰ ਲੱਗਦਾ? ਇਹ ਜ਼ਾਲਮ ਲੋਕ ਸਾਧ ਸੰਗ ਚਾਹੁੰਦੇ ਨਹੀਂ ਹੁੰਦੇ ਵੀ ਇੰਨਾ ਜ਼ੁਲਮ ਕਰੀਏ ਅਸੀਂ, ਪਰ ਇਹ ਜ਼ੁਲਮ ਕਰਨ ਦਾ ਕਾਰਨ ਇਹੀ ਹੁੰਦਾ ਵੀ ਕਿਤੇ ਨਾ ਕਿਤੇ ਸਿੱਖ ਕਮਜ਼ੋਰੀ ਦਿਖਾ ਦੇਣ, ਕਿਤੇ ਕਹਿ ਦੇਣ ਆ ਕੇ ਵੀ ਸਾਨੂੰ, ਅਸੀਂ ਧਰਮ ਬਦਲਣ ਵਾਸਤੇ ਤਿਆਰ ਹਾਂ, ਸਾਡਾ ਜੀਵਨ ਬਖਸ਼ ਦਿਓ, ਸਾਨੂੰ ਬਚਾ ਲਓ। ਇਹ ਕਹਾਉਣਾ ਚਾਹੁੰਦੇ ਸਨ। ਲੱਖਾਂ ਸਿੰਘਾਂ 'ਤੇ ਇਤਨਾ ਤਸ਼ੱਦਰ ਹੋਇਆ, ਪਰ ਜਿੰਨਾ ਤਸ਼ੱਦਦ ਮਰਜ਼ੀ ਹੋਇਆ ਸਾਧ ਸੰਗਤ, ਪਰ ਇੱਕ ਵੀ ਸਿੱਖ ਲੱਖਾਂ ਵਿੱਚੋਂ ਕੋਈ ਐਸਾ ਕਮਜ਼ੋਰ ਨਹੀਂ ਸੀ ਜਿਹਨੇ ਇਹ ਕਹਿ ਦਿੱਤਾ ਹੋਵੇ ਵੀ ਸਾਨੂੰ ਬਖਸ਼ ਦਿਓ, ਸਾਡੀ ਜਾਨ ਬਖਸ਼ ਦਿਓ। ਕਹਿੰਦਾ ਜੇ ਡਰ ਲੱਗਦਾ ਫਿਰ ਕਲਮਾ ਪੜ ਲੈ। ਕਹਿੰਦਾ ਡਰ ਨਹੀਂ ਲੱਗਦਾ, ਮੈਨੂੰ ਤਾਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇਗੇ ਵਿੱਚ ਬੈਠੇ ਦਰਸ਼ਨ ਦੇ ਰਹੇ ਨੇ, ਇਸ ਦੇਗੇ ਵਿੱਚ ਉਹ ਵੀ ਉੱਬਲੇ ਸੀ ਨਾ, ਮੈਂ ਅਰਦਾਸਾਂ ਕਰ ਰਿਹਾ, ਮਹਾਰਾਜ ਜੀ ਕਿਰਪਾ ਕਰਿਓ, ਆਪ ਤੋਂ ਸਿੱਖ ਸੇਵਕ, ਆਪ ਤੋਂ ਮਹਾਰਾਜ ਜੀ ਗੁਰੂ ਹੋ, ਮੈਂ ਨਾਚੀਜ਼ ਆ ਤੁਹਾਡਾ ਸੇਵਕ ਹਾਂ, ਕਿਰਪਾ ਕਰਿਓ ਮੈਂ ਡੋਲ ਨਾ ਜਾਵਾਂ, ਮੈਂ ਤਾਂ ਇਹ ਅਰਦਾਸ ਕੀਤੀ ਸੀ, ਦੇਰ ਨਾ ਲਾ, ਹੁਣ ਹੀ ਬਹਿ ਜਾਂਦਾ ਮੈਂ। ਦੇਗੇ ਵਿੱਚ ਪੈ ਗਿਆ, ਉੱਪਰੋਂ ਢੱਕਣ ਦੇ ਦਿੱਤਾ, ਆਲੂ ਵਾਂਗੂ ਉਬਾਲ ਦਿੱਤਾ। ਨੌਵੇਂ ਪਾਤਸ਼ਾਹ ਮਹਾਰਾਜ ਜੀ ਪੁੱਛਦੇ ਨੇ, ਭਾਈ ਦਿਆਲਿਆ ਪੀੜ ਨਹੀਂ ਹੁੰਦੀ? ਕਹਿੰਦਾ ਨਾ ਮਹਾਰਾਜ ਜੀ, ਕੋਈ ਤਕਲੀਫ ਨਹੀਂ ਹੈ ਮੈਨੂੰ, ਕਿਉਂਕਿ ਮੇਰੀ ਸੁਰਤ ਉੱਥੇ ਪਹੁੰਚ ਗਈ, ਦੁੱਖ ਸੁੱਖ ਤਾਂ ਵਿਆਪਤ ਨਹੀਂ ਜੇ ਆਤਮ ਰਾਮ ਪ੍ਰਗਾਸ, ਜਿੱਥੇ ਦੁੱਖ ਸੁੱਖ ਹੈ ਹੀ ਨਹੀਂ, ਆਨੰਦ ਹੀ ਆਨੰਦ ਹੈ, ਉੱਥੇ ਪਹੁੰਚ ਗਿਆ ਹਾਂ ਮਹਾਰਾਜ ਜੀ ਮੈਂ। ਇਹ ਸਰੀਰ ਨੂੰ ਦੁੱਖ ਹੋਵੇਗਾ ਪਰ ਮੈਂ ਆਤਮ ਆਨੰਦ ਦੇ ਵਿੱਚ ਪਹੁੰਚ ਚੁੱਕਿਆ। ਆਤਮਕ ਆਨੰਦੀ ਪੁਰਸ਼ ਨੂੰ ਚਾਹੇ ਬੰਦ ਬੰਦ ਕੱਟੇ ਗਏ, ਚਾਹੇ ਚਰਖੜੀਆਂ 'ਤੇ ਚਾੜੇ ਗਏ, ਚਾਹੇ ਦੇਗਾਂ ਵਿੱਚ ਉਬਾਲ ਦਿੱਤੇ ਗਏ, ਚਾਹੇ ਉਹਨਾਂ ਦੇ ਕਿਤਨੇ ਵੀ ਤਸੀਹੇ ਉਹਨਾਂ ਨੂੰ ਦਿੱਤੇ ਗਏ, ਖੋਪਰੀਆਂ ਲਾਹ ਦਿੱਤੀਆਂ ਗਈਆਂ, ਚਰਖੜੀਆਂ 'ਤੇ ਚਾੜ ਦਿੱਤੇ ਗਏ, ਪਰ ਉਹਨਾਂ ਦੇ ਆਨੰਦ ਵਿੱਚ ਫਰਕ ਨਹੀਂ ਪਿਆ ਹੈ। ਇਹ ਆਨੰਦ ਕਿੱਥੋਂ ਮਿਲਦਾ ਹੈ? ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ 'ਤੇ ਜਾਣਿਆ, ਗੁਰੂ ਤੋਂ ਮਿਲਦਾ ਹੈ ਆਨੰਦ। ਭਾਈ ਆਤਮਕ ਆਨੰਦੀ ਪੁਰਸ਼ ਹੀ ਏਡੀਆਂ ਵੱਡੀਆਂ ਕੁਰਬਾਨੀਆਂ ਕਰ ਸਕਦਾ ਹੈ, ਆਮ ਬੰਦਾ ਨਹੀਂ।
ਭਾਈ ਦਿਆਲੇ ਨੂੰ ਦੇਗੇ ਵਿੱਚ ਉਬਾਲ ਦਿੱਤਾ ਸਾਧ ਸੰਗਤ। ਹੁਣ ਮਹਾਰਾਜ ਜੀ ਬੜੇ ਖੁਸ਼ ਹਨ। ਕਾਜੀ ਵੀ ਹੈਰਾਨ ਹੋ ਗਿਆ, ਕਹਿੰਦਾ ਜੀ ਤੁਹਾਡੇ ਸਿੱਖਾਂ ਨੂੰ ਤਸੀਹੇ ਦੇ ਕੇ ਬੁਰੀ ਤਰ੍ਹਾਂ ਔਰ ਸ਼ਹੀਦ ਕਰ ਦਿੱਤਾ, ਮਾਰ ਦਿੱਤਾ ਗਿਆ, ਪਰ ਤੁਹਾਨੂੰ ਤਾਂ ਸੋਗ ਕਰਨਾ ਚਾਹੀਦਾ, ਤੁਸੀਂ ਖੁਸ਼ ਕਿਉਂ? ਮਹਾਰਾਜ ਜੀ ਕਹਿੰਦੇ ਕੋਈ ਉਸਤਾਦ ਆਪਣੇ ਸ਼ਾਗਿਰਦ ਨੂੰ ਕਿਸੇ ਕਲਾ ਵਿੱਚ ਨਿਪੁੰਨ ਕਰੇ, ਉਹ ਇੰਨਾ ਨਿਪੁੰਨ ਹੋ ਜਾਵੇ ਉਹ ਆਸ ਤੋਂ ਵੱਧ ਨੰਬਰ ਲੈ ਜਾਵੇ। ਇਹ ਸਿੱਖਾਂ ਨੇ ਆਸ ਤੋਂ ਵੱਧ ਅੱਜ ਕੁਰਬਾਨੀ ਦਾ ਜਜ਼ਬਾ ਦਿਖਾ ਦਿੱਤਾ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਾਏ ਪੂਰਨਿਆਂ 'ਤੇ ਚੱਲ ਪਏ ਨੇ ਇਹ। ਹੁਣ ਏਸੀ ਇਹ ਇੱਕ ਲੜੀ ਚੱਲ ਪਏਗੀ, ਲੱਖਾਂ ਸਿੰਘ ਇਹਨਾਂ ਦੇ ਸਦਕਾ ਸ਼ਹੀਦ ਹੋਣਗੇ, ਪਰ ਉਹ ਕਦੇ ਵੀ ਕਮਜ਼ੋਰੀ ਨਹੀਂ ਦਿਖਾਉਣਗੇ। ਤਾਂ ਮੈਂ ਖੁਸ਼ ਹਾਂ, ਇਹ ਪੂਰੇ ਨਿਪੁੰਨ ਹੋ ਗਏ ਕਰਾਂ ਦੇ ਵਿੱਚ, ਕੁਰਬਾਨੀ ਦੇ ਵਿੱਚ। ਹੁਣ ਇਹ ਚਾਲ ਐਸੀ ਚੱਲ ਪਈ ਹੈ ਕਿ ਚੱਲਣਗੇ ਤਾਂ ਲੱਖਾਂ ਔਰ ਚੱਲਣਗੇ ਇਸ ਮਾਰਗ 'ਤੇ, ਪਰ ਉਹ ਉਸ ਵਚਨ ਨੂੰ ਯਾਦ ਰੱਖਣਗੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪਹਿਲਾਂ ਮਰਨ ਕਬੂਲ, ਇਹਨਾਂ ਨੇ ਮੌਤ ਨੂੰ ਕਬੂਲ ਕਰ ਲਿਆ, ਜੀਵਨ ਦੀ ਆਸ ਛੱਡੇ ਬੈਠੇ ਨੇ ਇਹ। ਜੀਵਨ ਦਾ ਕੋਈ ਆਸ ਨਹੀਂ, ਮੌਤ ਹੀ ਮੌਤ ਇਹਨਾਂ ਨੂੰ ਦਿਖਦੀ ਹੈ, ਵੀ ਮਰਨਾ ਹੈ ਤਾਂ ਮਰਨਾ ਹੀ ਹੈ ਬਸ। ਅਬ ਤੋ ਜਰੇ ਮਰੇ ਸਿੱਧ ਪਾਈ ਹੈ, ਹੁਣ ਤਾਂ ਮਰਨਾ ਹੀ ਹੈ, ਲੀਨੋ ਹੱਥ ਸੰਧੌਰਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭ ਨਾ ਕੀ ਰੇਣਕਾ ਤੋ ਆਹੋ ਮਾਰੇ ਪਾਸ। ਉਸ ਵੇਲੇ ਫਿਰ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਮਹਾਰਾਜ ਨੇ ਇਸ਼ਨਾਨ ਕੀਤਾ, ਚਾਂਦਨੀ ਚੌਂਕ ਦੇ ਵਿੱਚ ਲਿਆਂਦਾ ਗਿਆ ਮਹਾਰਾਜ ਜੀ ਨੂੰ। ਮਹਾਰਾਜ ਜੀ ਨੇ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ, ਨਾਲੇ ਕਹਿ ਦਿੱਤਾ ਜਲਾਦ ਜਦੋਂ ਸਲੋਕ ਪੜ੍ਹਾਂ ਮੈਂ ਪਰਮੇਸ਼ੁਰ ਦਾ ਅਰਦਾਸ ਕਰਕੇ ਮੈਂ ਪਰਮੇਸ਼ੁਰ ਨੂੰ ਨਮਸਕਾਰ ਕਰਾਂਗਾ, ਉਸ ਤੋਂ ਬਾਅਦ ਤੂੰ ਆਪਣਾ ਵਾਰ ਕਰ ਲੈਣਾ। ਅਤੇ ਮਹਾਰਾਜ ਜੀ ਨੇ ਸਲੋਕ ਪੜ੍ਹਿਆ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ, ਸੀਸ ਝੁਕਾਇਆ ਮਹਾਰਾਜ ਜੀ ਨੇ। ਉਸ ਵੇਲੇ ਜਲਾਦ ਨੇ ਕੀਤਾ ਵਾਰ, ਸਿਰ ਧੜ ਤੋਂ ਲੈਦਾ ਹੋ ਗਿਆ। ਭਾਈ ਜੈਤੇ ਨੂੰ ਜੋ ਹੁਕਮ ਜੋ ਸੇਵਾ ਲਾਈ ਸੀ ਨਵੇਂ ਪਾਤਸ਼ਾਹ ਮਹਾਰਾਜ ਜੀ ਨੇ, ਵੀ ਤੈਂ ਸਾਡਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚਣਾ ਹੈ, ਏਡੀ ਵੱਡੀ ਸੇਵਾ ਉਹਦੀ ਜ਼ਿੰਮੇਵਾਰੀ ਸੀ। ਉਸੇ ਵੇਲੇ ਬੜਾ ਅੰਧੇਰਾ ਛਾ ਗਿਆ, ਬੜੀ ਹਨੇਰੀ ਆਈ, ਬੜੇ ਦਰਖਤ ਡਿੱਗੇ, ਐਂ ਲੱਗਦਾ ਸੀ ਅਸਮਾਨ ਅਤੇ ਧਰਤੀ ਗਰਕ ਹੋ ਜਾਏਗੀ। ਉਸ ਵੇਲੇ ਮੌਕਾ ਦੇਖ ਕੇ ਭਾਈ ਜੈਤੇ ਨੇ ਮਹਾਰਾਜ ਦਾ ਸੀਸ ਲਿਆ, ਬੜੀ ਸੰਭਾਲ ਕੇ ਅਤੇ ਬੜੇ ਅਦਬ ਦੇ ਨਾਲ ਉੱਦਮ ਕਰਕੇ ਤਿੰਨ ਰਾਤਾਂ ਰਸਤੇ ਵਿੱਚ ਕੱਟ ਕੇ ਅਨੰਦਪੁਰ ਸਾਹਿਬ ਸੀਸ ਲੈ ਜਾਂਦਾ ਹੈ। ਮਹਾਰਾਜ ਦੇ ਸੀਸ ਦਾ ਸੰਸਕਾਰ ਹੋਇਆ ਅਨੰਦਪੁਰ ਸਾਹਿਬ ਵਿੱਚ, ਮਹਾਰਾਜ ਦੇ ਧੜਕ ਦਾ ਸੰਸਕਾਰ ਹੋਇਆ ਦਿੱਲੀ ਦੇ ਵਿੱਚ। ਇਸ ਤਰ੍ਹਾਂ ਦੀ ਜਦੋਂ ਦਿੱਲੀ ਦੀ ਸੰਗਤ ਨੇ ਮਹਾਰਾਜ ਨੂੰ ਬੇਨਤੀ ਕੀਤੀ ਸੀ, ਮਹਾਰਾਜ ਜੀ ਧੜ ਦਾ ਸੰਸਕਾਰ ਕਰਨ ਵਾਸਤੇ ਕੋਈ ਸਿੱਖ ਅੱਗੇ ਨਹੀਂ ਆਇਆ, ਕਈ ਦਿਨ ਧੜ ਉੱਥੇ ਪਿਆ ਰਿਹਾ। ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ, ਫਿਰ ਹੁਣ ਸਿੱਖ ਇੱਕ ਸੂਰਮਾ ਇੱਕ ਬਬਰ ਸ਼ੇਰ ਹੁਣ ਪੈਦਾ ਕਰਾਂਗਾ ਮੈਂ, ਜਿਹੜਾ ਲੱਖਾਂ ਨਹੀਂ ਕਰੋੜਾਂ ਦੇ ਵਿੱਚੋਂ ਦਿਖੇਗਾ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਹੈ। ਤਿਆਰ ਵਰਤਿਆਰ ਸੂਰਮਾ ਪੈਦਾ ਕਰਾਂਗਾ ਮੈਂ। ਉਸ ਵਚਨ ਅਨੁਸਾਰ ਮਹਾਰਾਜ ਜੀ ਨੇ 1699 ਈਸਵੀ ਕੇਸਗੜ੍ਹ ਦੀ ਠੇਰੀ ਦੇ ਉੱਪਰ
80,000 ਦੇ ਇਕੱਠ ਵਿੱਚ ਨੰਗੀ ਸ੍ਰੀ ਸਾਹਿਬ ਲੈ ਕੇ ਆਵਾਜ਼ ਦਿੱਤੀ ਸੀ, ਗੁਰੂ ਨਾਨਕ ਦੇ ਕਹਾਉਣ ਵਾਲੇ ਗੁਰਸਿੱਖੋ, ਅੱਜ ਧਰਮ ਦੀ ਖਾਤਰ ਇੱਕ ਸੂਰਮੇ ਦੇ ਸਿਰ ਦੀ ਲੋੜ ਹੈ, ਉੱਠੋ ਕੋਈ ਸੂਰਮਾ ਅੱਜ ਸਿਰ ਦਿਓ। ਇਸ ਤਰ੍ਹਾਂ ਮਹਾਰਾਜ ਨੇ ਖੰਡਾ ਖਿੱਚਿਆ, ਗੁਰੂ ਦਸ਼ਮੇਸ਼ ਨੇ ਖੰਡਾ ਖਿੱਚਿਆ, ਖੰਡਾ ਖਿੱਚਿਆ ਗੁਰੂ ਦਸ਼ਮੇਸ਼ ਨੇ ਉੱਚੀ ਜ਼ੋਰ ਨਾਲ ਬੋਲ ਕੇ ਜਕਾਰਾ, ਉੱਚੀ ਜ਼ੋਰ ਨਾਲ ਬੋਲ ਕੇ ਜਕਾਰਾ। ਚੱਲਿਆ ਕਿਸੇ ਤੋਂ ਗਿਆ ਨਾ, ਦੇਖ ਹੋ ਗਿਆ ਦੀਵਾਨ ਗੁੰਮ ਸਾਰਾ, ਗੁੰਮ ਤੁੰਮ ਹੋ ਗਏ ਸਾਰੇ। ਹੈ ਗੁਰੂ ਸਿਰ ਮੰਗ ਰਿਹਾ ਹੈ, ਅਸੀਂ ਸੱਚਮੁੱਚ ਕੇ ਸੁਪਨਾ ਦੇਖ ਰਹੇ ਹਾਂ। ਅਸੀਂ ਗੁਰੂ ਦਾ ਕੰਮ ਹੈ ਗਿਆਨ ਧਿਆਨ ਦੀਆਂ ਗੱਲਾਂ ਸੁਣਾਵੇ, ਰੱਬ ਦੀ ਭਗਤੀ ਦੀ ਕੋਈ ਯੁਗਤੀ ਦੱਸੇ। ਹੈ ਪਹਿਲਾ ਗੁਰੂ ਹੈ ਜਿਹੜਾ ਕਿ ਸਿਰ ਮੰਗ ਰਿਹਾ, ਦੇਖ ਹੋ ਗਿਆ ਦੀਵਾਨ ਗੁੰਮ ਸਾਰਾ, ਵੀਰ ਰਸ ਨੂੰ ਸਰੀਰ ਤਾਈਂ ਚਾੜ ਕੇ ਨਾਲ ਜੋਸ਼ ਦੇ ਸੀ ਵਚਨ ਉਚਾਰਾ। ਕੀ ਕਹਿੰਦੇ ਨੇ, ਅੱਜ ਲੋੜ ਹੈ ਸਾਨੂੰ ਇੱਕ ਸੀਸ ਦੀ, ਭਾਈ ਇੱਕ ਸੀਸ ਚਾਹੀਦਾ। ਉੱਠੇ ਸੂਰਮਾ ਜੋ ਗੁਰੂ ਦਾ ਪਿਆਰਾ, ਕੀ ਕਰੋਗੇ ਮਹਾਰਾਜ ਜੀ, ਉਹਨੂੰ ਖੰਡੇ ਵਾਲੀ ਧਾਰ ਉੱਤੇ ਚਾੜ ਕੇ ਕਰ ਦੇਵਾਂਗੇ ਪਾਰ ਉਤਾਰਾ। ਖੰਡੇ ਦੀ ਧਾਰ ਕਿਰਪਾਨ ਨਾਲ ਸਿਰ ਵੱਢ ਕੇ ਉਹਦਾ ਪਾਰ ਉਤਾਰਾ ਕਰ ਦਿਆਂਗੇ, ਕਰ ਦੇਵਾਂਗੇ ਪਾਰ ਉਤਾਰਾ। ਕੱਟ ਦੇਵਾਂਗੇ 84 ਵਾਲੇ ਗੇੜ ਨੂੰ, ਸੱਚ ਜਾਣਨਾ ਇਹ ਵਚਨ ਹਮਾਰਾ। ਮਹਾਰਾਜ ਜੀ ਨੇ ਆਵਾਜ਼ ਦਿੱਤੀ ਹੈ, ਭੱਜਣ ਵਾਲੇ ਭੱਜਣੇ ਸ਼ੁਰੂ ਹੋ ਗਏ, ਕਿਉਂਕਿ ਹੈਰਾਨੀ ਦੀ ਗੱਲ ਸੀ ਵੀ ਇਹੋ ਜਿਹਾ ਪਰਚਾ ਕਰੜਾ ਪਾ ਦਿੱਤਾ। ਕੀ ਹਿੰਮਤ ਸੀ ਕੋਈ ਗੁਰੂ ਦੇ ਬਚਨਾਂ ਅੱਗੇ ਖੜ੍ਹ ਜਾਵੇ।
ਕੌਣ ਚੱਲੇ ਗੁਰੂ ਕੀ ਝਾਲਾ, ਕਿਹੜਾ ਚੱਲੇ? ਹਾਂ, ਜਿਹੜਾ ਮਰ ਜੀਵੜਾ ਉਹ ਆ ਰਿਹਾ ਹੈ ਭਾਈ ਦਇਆ ਰਾਮ। ਲੋਕ ਬਾਹਰ ਨੂੰ ਭੱਜਦੇ ਨੇ ਤੰਬੂ ਪਾੜ ਕੇ, ਉਹ ਅੰਦਰ ਨੂੰ ਆ ਰਿਹਾ ਗੁਰੂ ਦੇ ਚਰਨਾਂ ਵੱਲ ਨੂੰ। ਕਹਿੰਦੇ ਇਹ ਪਾਗਲ ਹੈ ਕਿ ਉਹ ਪਾਗਲ ਨੇ? ਲੋਕ ਦੇਖਣ ਵਾਲੇ ਹੈਰਾਨ ਹਨ ਵੀ ਇਹ ਤਾਂ ਐਂ ਜਾ ਰਿਹਾ ਜਿਵੇਂ ਕੜਾਹ ਪ੍ਰਸ਼ਾਦ ਦਾ ਵਰਤਾਰਾ, ਮੈਂ ਸਭ ਤੋਂ ਪਹਿਲਾਂ ਥੋੜ੍ਹਾ ਗੱਫਾ ਲੈ ਲਾਂ, ਇਸ ਤਰ੍ਹਾਂ ਜਾ ਰਿਹਾ ਇਹ। ਜਾਣ ਸਾਰ ਨਮਸਕਾਰ ਕੀਤੀ, ਗਲ ਵਿੱਚ ਪੱਲਾ ਪਾਇਆ, ਨੇਤਰਾਂ ਦੇ ਛੱਪਰ ਨੀਵੇਂ ਨੇ, ਅਦਬ ਨਾਲ ਬੇਨਤੀ ਕਰਦਾ, ਸੱਚੇ ਪਾਤਸ਼ਾਹ ਧੰਨ ਭਾਗ ਆਪ ਨੇ ਸਿਰ ਮੰਗਿਆ। ਗੁਰੂ ਅੱਜ ਮੰਗਤਾ ਬਣਿਆ ਖੜਾ ਹੈ, ਧੰਨ ਭਾਗ ਚਾਹੇ ਸਿਰ ਹੀ ਮੰਗਿਆ, ਮੰਗਿਆ ਤਾਂ ਹੈ ਨਾ ਮਹਾਰਾਜ ਜੀ, ਸਿਰਦਾਸ ਦਾ ਹਾਜ਼ਰ ਹੈ। ਸਿਰ ਤਾਂ ਉਦੋਂ ਹੀ ਦੇ ਦਿੱਤਾ ਸੀ ਜਦੋਂ ਆਪਦੀ ਸਿੱਖੀ ਧਾਰਨ ਕੀਤੀ ਸੀ। ਤਾਨ ਮਾਨ ਧਾਨ ਸਭ ਸੌਂਪ ਗੁਰ ਕੋ, ਤਿੰਨੇ ਚੀਜ਼ਾਂ ਪਹਿਲਾਂ ਤੁਹਾਨੂੰ ਅਰਪਣ ਕਰ ਚੁੱਕਿਆ ਹਾਂ, ਪਰ ਹੁਣ ਹੋ ਗਿਆ ਹੁਕਮ, ਹੁਕਮ ਮੰਨਿਆ ਪਾਈਏ, ਹੁਣ ਹੁਕਮ ਹੋ ਗਿਆ ਸਿਰ ਦੇਣ ਦਾ। ਮਹਾਰਾਜ ਜੀ ਹਜ਼ਾਰ ਵਾਰ ਸਿਰ ਲਓ, ਤੁਹਾਡੀ ਚੀਜ਼ ਹੈ, ਤੁਹਾਡੀ ਵਸਤੂ ਹੈ, ਤੇਰਾ ਤੁਝ ਕੋ ਸੌਂਪ ਤੇ ਗਿਆ ਲਾਗੇ ਮੇਰਾ, ਤੇਰੀ ਵਸਤੂ ਹੈ, ਤੇਰਾ ਸਿਰ ਹੈ, ਤੂੰ ਮੰਗੇ ਅਤੇ ਮੈਂ ਹਿਚਕਚਾਹਟ ਕਰਾਂ, ਇਹ ਤਾਂ ਕਦੇ ਗੱਲ ਬਣਦੀ ਨਹੀਂ। ਕਿਰਪਾ ਕਰੋ ਮਹਾਰਾਜ ਜੀ, ਹੁਣੇ ਲਓ ਸਿਰ। ਮਹਾਰਾਜ ਜੀ ਕਹਿੰਦੇ ਸੋਚ ਲੈ। ਸੋਚ ਲਿਆ ਮਹਾਰਾਜ ਜੀ, ਚੱਲ ਤੰਬੂ ਦੇ ਵਿੱਚ, ਸਿਰ ਧਰ ਤੋਂ ਲਹਿਦਾ ਕਰ ਦਿੱਤਾ। ਦੂਸਰੀ ਵਾਰ ਫਿਰ ਮੰਗਿਆ, ਧਰਮ ਚੰਦ ਆ ਗਿਆ, ਧਰਮ ਚੰਦ ਦਾ ਸਿਰ ਵੀ ਸਾਰੇ ਪੰਜਾਂ ਦੇ ਸਿਰ ਲਏ। ਫਿਰ ਪੰਜਾਂ ਨੂੰ ਸੁਰਜੀਤ ਕੀਤਾ ਮਹਾਰਾਜ ਜੀ ਨੇ, ਪੰਜਾਂ ਨੂੰ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਔਰ ਤਿਆਰ ਬਰਤਿਆਰ ਸਿੰਘ ਉਸ ਵੇਲੇ ਜਦੋਂ ਸਾਹਮਣੇ ਆਏ ਤਾਂ ਐਂ ਲੱਗਦਾ ਸੀ 6 ਗੁਰੂ ਗੋਬਿੰਦ ਸਿੰਘ ਖੜ੍ਹੇ ਹਨ, ਕਿਉਂਕਿ ਬਚਨ ਕਰਤਾ ਸੀ ਮਹਾਰਾਜ ਜੀ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਇਹ ਖਾਲਸਾ ਹੁਣ ਮੇਰਾ ਖਾਸ ਰੂਪ ਬਣ ਗਿਆ। ਖਾਲਸੇ ਮੈਂ ਹੋਂ ਕਰੋ ਨਿਵਾਸ, ਇਹ ਖਾਲਸੇ ਵਿੱਚ ਹੀ ਮੈਂ ਨਿਵਾਸ ਕਰਦਾ ਹੁਣ, ਖਾਲਸੇ ਦੇ ਵਿੱਚ ਹੀ ਬੈਠਾ ਮੈਂ, ਵਿੱਚ ਖਾਲਸੇ ਨਿਵਾਸ ਹੋਵੇ ਮੇਰਾ, ਖਾਲਸਾ ਹੀ ਮੇਰਾ ਰੂਪ ਹੈ, ਖਾਲਸਾ ਹੀ ਮੇਰਾ ਰੂਪ ਹੈ, ਵਿੱਚ ਖਾਲਸੇ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਆਪਣਾ ਰੂਪ ਗੁਰੂ ਬਣਾਉਂਦਾ, ਆਪਾਂ ਭੱਜਦੇ ਹਾਂ, ਅੰਮ੍ਰਿਤ ਛਕਣ ਤੋਂ ਕਤਰਾਉਂਦੇ ਹਾਂ ਕੰਨੀ, ਕਿਉਂ ਵੀ ਗੁਰੂ ਦੇ ਬਚਨਾਂ 'ਤੇ ਸ਼ਰਧਾ ਨਹੀਂ ਹੈ। ਕਿਆ ਗੁਰੂ ਕਹਿੰਦਾ ਤੂੰ ਅੰਮ੍ਰਿਤਧਾਰੀ ਹੋ ਫਿਰ ਤੂੰ ਮੇਰਾ ਰੂਪ ਬਣ ਜਾਏਗਾ, ਅਤੇ ਨਾਲੇ ਨਿਆਰਾ ਹੈ ਤੂੰ ਸਾਰੀਆਂ ਦੁਨੀਆ ਤੋਂ, ਫਿਰ ਨਿਆਰੇ ਢੰਗ ਨਾਲ ਤਾਂ ਪ੍ਰਗਟ ਕੀਤਾ ਖਾਲਸਾ, ਪ੍ਰਗਟੋ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ, ਨਾਲੇ ਹੁਕਮ ਕਰ ਦਿੱਤਾ ਜਵਲਾ ਖਾਲਸਾ ਰਹਿ ਨਿਆਰਾ। ਖਾਲਸਾ ਜੀ ਨਿਆਰੇ ਹੋ ਤੁਸੀਂ ਦੁਨੀਆ ਤੋਂ, ਪਰ ਨਿਆਰੇ ਰਹੋ ਨਾ, ਪੱਗਾਂ ਲਾਤੀਆਂ ਟੋਪੀਆਂ ਲੈ ਲਈਆਂ ਨਿਆਰੇ ਰਹਿ ਗਏ, ਕੇਸ ਦਾੜੀ ਤੁਹਾਨੂੰ ਚੰਗੀ ਨਹੀਂ ਲੱਗਦੀ ਨਿਆਰੇ ਰਹਿ ਗਏ, ਨਿਆਰੇ ਵਾਸਤੇ ਤਾਂ ਇਹ ਬਾਣੀ ਅਤੇ ਬਾਣਾ ਦੋ ਚੀਜ਼ਾਂ ਤੈਨੂੰ ਸਾਂਭਣੀਆਂ ਪੈਣੀਆਂ ਜੇ ਤੂੰ ਨਿਆਰਾ ਹੈ। ਜਵਲਾ ਖਾਲਸਾ ਰਹਿ ਨਿਆਰਾ, ਤਬਲਾ ਤੇਜ ਦਿਓ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਚੀਤ, ਉਹ ਵਿਪਰਨ ਦੀ ਰੀਤ ਨਾ ਕਰੀ,
ਤੇਰੀ ਪ੍ਰਤੀਤ ਜਾਂਦੀ ਰਹੇਗੀ। ਗੁਰੂ ਦੀ ਪ੍ਰਤੀਤ ਨਾ ਖੋ ਬੈਠੀ ਕਿਤੇ, ਗੁਰੂ ਦੀ ਨਾਰਾਜ਼ਗੀ ਨਾ ਲੈ ਲਈ। ਗੁਰੂ ਮਹਾਰਾਜ ਨੇ ਸਿੰਘਾ ਤੇਰੀ ਖਾਤਰ ਬਹੁਤ ਕੁਛ ਕੀਤਾ ਹੈ, ਪਿਤਾ ਵਾਰਿਆ ਪੁੱਤਰ ਵਾਰੇ ਚਾਰੇ ਕੁਰਬਾਨ ਕੀਤੇ ਤੇਰੀ ਖਾਤਰ ਹੀ ਨਾ। ਜੇ ਇੰਨਾ ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ ਇਹੋ ਜਿਹੇ ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ, ਵਾਰ ਪਰਿਵਾਰ ਚਾਰੇ ਬੱਚਿਆਂ ਕੁਹਾਏ ਦੇਵੇ, ਚਾਰੇ ਤੇਰੇ ਤੋਂ ਕੁਰਬਾਨ ਕੀਤੇ ਨੇ ਇਨ ਪੁੱਤਰ ਨੂੰ ਕਈ ਤੀਸ ਪਰ ਵਾਰ ਦੀਏ ਸੋ ਚਾਰ ਚਾਰ ਮੂਹੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ, ਵਾਰ ਦੀਏ ਸੁੱਤ ਚਾਰ। ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ, ਵਾਰ ਪਰਿਵਾਰ ਚਾਰੇ ਬੱਚਿਆਂ ਕੁਹਾਏ ਦੇਵੇ, ਦੇਸ਼ ਕੌਮ ਉੱਤੋਂ ਕੁਰਬਾਨ ਵਾਲ ਵਾਲ ਜੀ, ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਅਤੇ ਪਿਆਰਿਆਂ ਦੀ ਢਾਲ ਜੀ, ਸਾਰੀ ਰਾਤ ਪਹਿਰਾ ਦੇਵੇ, ਆਪ ਚੌਂਕੀਦਾਰ ਹੋ ਪਾਪ ਅੱਗ ਵਿੱਚੋਂ ਲਏ ਸਿੱਖ ਨੂੰ ਨਿਕਾਲ ਜੀ। ਗੁਰੂ ਮਹਾਰਾਜ ਨੇ ਕਿੰਨੀਆਂ ਬਖਸ਼ਾਂ ਕੀਤੀਆਂ, ਸਿੰਘਾਂ ਤੇਰੀ ਖਾਤਰ ਕਿੰਨੇ ਤਸੀਹੇ ਝੱਲੇ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ 239 ਸਾਲ ਲਾਏ ਸਿੰਘਾਂ ਤੇਰੀ ਦਿੱਖ ਤਿਆਰ ਕਰਨ ਵਾਸਤੇ, ਸਾਬਤ ਸੂਰ ਤਿਆਰ ਕਰਨ ਵਾਸਤੇ 239 ਸਾਲ ਲੱਗੇ ਨੇ। ਤੂੰ ਇੱਕ ਸਕਿੰਟ ਵਿੱਚ ਜਾ ਕੇ ਨਾਈ ਦੀ ਦੁਕਾਨ 'ਤੇ ਇਹ ਮਹਾਰਾਜ ਦੇ ਸਰੂਪ ਨੂੰ ਵੱਢ ਕੇ ਸਿੱਟ ਦਿੰਦਾ ਹੈ, ਕਿੱਧਰਲੀ ਇਨਸਾਨੀਅਤ ਹੈ ਤੇਰੀ। ਗੁਰੂ ਤੋਂ ਬੇਮੁੱਖ ਨਾ ਹੋਣਾ, ਨਹੀਂ ਤਾਂ ਫਿਰ ਭੜਕਣਾ ਹੀ ਹੈ ਭਾਈ। ਜੇ ਕੋ ਗੁਰ 'ਤੇ ਬੇਮੁੱਖ ਹੋਵੇ, ਮੈਨੂੰ ਸਤਿਗੁਰੂ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਸਹਿ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋਣਾ, ਬਿਨ ਗੁਰ ਪੂਰੇ ਨਹੀਂ ਉਧਾਰ, ਬਾਬਾ ਨਾਨਕ ਆਖੇ ਇਹੋ ਵਿਚਾਰ। ਬਾਬੇ ਨਾਨਕ ਨੇ ਵਿਚਾਰ ਦੇ ਦਿੱਤੀ, ਪੂਰੇ ਗੁਰੂ ਬਿਨਾਂ ਤੇਰਾ ਉਧਾਰ ਨਹੀਂ ਹੋਣਾ, ਹੁਣ ਪੂਰਾ ਗੁਰੂ ਲੱਭਣ ਦੀ ਲੋੜ ਨਹੀਂ। ਮੱਖਣ ਸ਼ਾਹ ਨੂੰ ਲੱਭਣਾ ਪਿਆ ਸੀ ਨਾ, ਭੋਰੇ 'ਚੋਂ ਪ੍ਰਗਟ ਕਰਨਾ ਪਿਆ ਸੀ, ਪਰ ਮਹਾਰਾਜ ਨੇ ਤਾਂ ਹੁਕਮ ਹੀ ਕਰ ਦਿੱਤਾ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਲੱਭਣ ਦੀ ਲੋੜ ਨਹੀਂ, ਹੁਣ ਗੁਰੂ ਤਾਂ ਸਾਹਮਣੇ ਪ੍ਰਕਾਸ਼ ਹੈ, ਬਸ ਇਹਦੇ ਚਰਨ ਹੀ ਲੱਗਣਾ। ਆਪਾਂ ਨੇ ਚਰਨ ਹੀ ਲੱਗਣ ਵਾਸਤੇ ਪੰਜਾਂ ਪਿਆਰਿਆਂ ਅੱਗੇ ਯਾਚਨਾ ਕਰਨੀ ਪਊਗੀ, ਫਿਰ ਉਹ ਆਪਾਂ ਨੂੰ ਸੁਰ ਨਰ ਮੁੰਜਨ ਅੰਮ੍ਰਿਤ ਕੋਜੇ ਸੋ ਅੰਮ੍ਰਿਤ ਗੁਰ 'ਤੇ ਪਾਇਆ, ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ, ਉਹ ਅੰਮ੍ਰਿਤ ਗੁਰੂ ਦੇ ਪਾਸ ਹੈ। ਜਿਹੜੇ ਅੰਮ੍ਰਿਤ ਦੀ ਖਾਤਰ ਤੂੰ ਸੰਸਾਰ ਵਿੱਚ ਆਇਆ ਉਹ ਗੁਰੂ ਤੋਂ ਹੀ ਮਿਲੇਗਾ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅੰਧ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਵੇ ਨਾ ਵਿਆਪੈ ਚਿੰਤਾ। ਇਸ ਕਰਕੇ ਅੱਜ ਚੌਥਾ ਪੰਜਵਾਂ ਦਿਨ ਸਾਧ ਸੰਗਤ, ਰਿਜ਼ਲਟ ਇੱਕੋ ਹੀ ਹੈ, ਪੀਵੋ ਪਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਜਨਮ ਸੁਹੇਲਾ ਕਰਨਾ ਚਾਹੁੰਦਾ ਕਿ ਦੁਹੇਲਾ? ਸੁਹੇਲਾ ਕਰਨਾ ਚਾਹੁੰਦਾ ਨਾ, ਫਿਰ ਤਾਂ ਗੁਰੂ ਦਾ ਬਖਸ਼ਿਆ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਲੈ। ਕਈ ਤਰਕਾਂ ਕਰਦੇ ਨੇ ਅੰਮ੍ਰਿਤ 'ਤੇ ਵੀ, ਹੁਣ ਤਾਂ ਪੰਜ ਬਾਣੀਆਂ ਦਾ ਵੀ ਅੰਮ੍ਰਿਤ ਨਹੀਂ ਰਹਿਣ ਦਿੱਤਾ ਇਹਨਾਂ ਲੋਕਾਂ ਨੇ ਤਾਂ, ਪਰ ਉਹਦੇ ਨਾਲ ਕੀ ਹੋਊਗਾ,
ਉਹ ਚਾਰਕ ਲੋਕ ਨੇ, ਉਹ ਇਹ ਕੁਛ ਨਹੀਂ ਮੰਨਦਾ ਹੁੰਦਾ, ਇੰਨੀ ਵੱਡੀ ਪ੍ਰਥਾ ਨੂੰ ਕਿਵੇਂ ਢਾਹ ਲਾ ਦੇਣਗੇ, ਉਹ ਨਹੀਂ ਲੱਗਣੀ। ਐਵੇਂ ਖਿਆਲੀ ਪੁਲਾਓ ਹਨ ਉਹਨਾਂ ਦੇ, ਐਵੇਂ ਕਪੋਲ ਕਲਪਨਾ ਹੈ ਉਹਨਾਂ ਦੀ, ਕੁਛ ਨਹੀਂ ਬਣਨਾ ਉਹਨਾਂ ਦਾ। ਜਿਹੜੀ ਪ੍ਰਥਾ ਚੱਲ ਪਈ ਹੈ, ਮਹਾਰਾਜ ਨੇ ਚਲਾਈ, ਆਪ ਚਲਾਈ, ਅਤੇ ਉਹ ਸਦੀਆਂ ਤੋਂ ਉਵੇਂ ਹੀ ਚੱਲਦੀ ਰਹੀ ਹੈ, ਚੱਲਦੀ ਰਹੇਗੀ, ਇਹਨੂੰ ਕੋਈ ਬਦਲ ਨਹੀਂ ਸਕਦਾ। ਸਾਧ ਸੰਗਤ ਬਦਲਣ ਵਾਲੇ ਨੇ ਇਸ ਤੋਂ ਨਾਬੂਦ ਹੋ ਜਾਣਗੇ, ਖਤਮ ਹੋ ਜਾਣਗੇ, ਜਿਹਨੇ ਵੀ ਗੁਰੂ ਘਰ ਨਾਲ ਕਿਸੇ ਢੰਗ ਦਾ, ਚਾਹੇ ਕੋਈ ਸਿੱਖ ਵੀ ਕਿਉਂ ਨਾ ਹੋਵੇ, ਜਿਹਨੇ ਟੱਕਰ ਲਈ ਗੁਰੂ ਘਰ ਦੇ ਨਾਲ, ਉਹ ਸਾਧ ਸੰਗਤ ਖਤਮ ਹੋ ਗਿਆ। ਟੱਕਰ ਲੈਣੀ ਹੋਈ ਹੈ ਨਾ, ਜਿਹੜੀ ਇਹੋ ਜਿਹੀਆਂ ਗੱਲਾਂ ਕਰਨੀਆਂ ਬੇਹੁਦਾ, ਟੱਕਰ ਲੈਣ ਵਾਲੀ ਗੱਲ ਹੈ। ਗੁਰੂ ਤੋਂ ਡਰ ਕੇ ਰਹਿ, ਹੋ ਜਾ ਨੀਵਾਂ, ਮਟਾ ਦੇ ਆਪਣੀ ਹਸਤੀ ਕੋ ਅਗਰ ਕੁਛ ਮਰਤਬਾ ਚਾਹਤਾ ਹੈ, ਮਟਾ ਦੇ ਆਪਣੇ ਆਪ ਨੂੰ ਜੇ ਗੁਰੂ ਤੋਂ ਕੁਛ ਲੈਣਾ। ਸਿੱਖ ਦਾ ਮਤਲਬ ਬਣਨਾ ਨਹੀਂ, ਸਿੱਖ ਦਾ ਮਤਲਬ ਮਿਟ ਜਾਣਾ ਹੈ, ਸਿੱਖ ਦਾ ਮਤਲਬ ਮਿਟ ਜਾਣਾ ਹੈ। ਜੇ ਬਣਦਾ ਹੈ ਫਿਰ ਕੁਛ ਨਹੀਂ ਬਣਨਾ, ਜੇ ਮਿਟ ਜਾਏਗਾ ਤਾਂ ਸਭ ਕੁਛ ਬਣ ਜਾਏਗਾ। ਬਸ ਇਸ ਕਰਕੇ ਮਹਾਰਾਜ ਕਿਰਪਾ ਕਰਨ, ਆਓ 5 ਦਿਨ ਆਪਾਂ ਨੇ ਲਾਹਾ ਲਿਆ, ਕੱਲ੍ਹ ਤੋਂ ਹੁਣ ਦੀਵਾਨ ਸੰਤ ਕੁਟੀਆ ਹਨ। ਕਹਿੰਦੇ ਸਾਧਨ ਵੀ ਇੱਥੋਂ ਸਾਰੇ ਹੈਗੇ ਨੇ ਜਾਣ ਦੇ, ਕਿਉਂਕਿ 9 ਵਜੇ ਸਮਾਪਤੀ ਹੋ ਜਾਂਦੀ ਹੈ। ਇਸ ਕਰਕੇ ਸੰਗਤ ਸੰਤ ਕੁਟੀਆ ਵੀ ਵੱਧ ਤੋਂ ਵੱਧ ਕੋਸ਼ਿਸ਼ ਕਰਿਓ ਭਾਈ, ਇੱਥੇ ਸਾਧਨ ਕੋਈ ਆਪ ਪ੍ਰਬੰਧਕ ਵੀ ਬਣਾ ਸਕਦੇ ਨੇ, ਅੱਗੇ ਬੱਸ ਵੀ ਲਾਉਂਦੇ ਰਹੇ, ਜੋ ਵੀ ਹੈ, ਬਾਕੀ ਹੋਰ ਵੀ ਜੋ ਮੈਟਰੋ ਵਗੈਰਾ ਉਹ ਵੀ ਜਾਂਦੀ ਹੈ, 11 ਵਜੇ ਤੱਕ ਚੱਲਦੀ ਹੈ, ਕੋਈ ਐਸੀ ਗੱਲ ਨਹੀਂ ਹੈ। ਗੱਲ ਤਾਂ ਇਹ ਸ਼ੌਕ ਦੀ ਹੈ, ਸਾਧ ਸੰਗਤ ਜਦੋਂ ਆਨੰਦ ਮਾਨਣਾ ਆਪਾਂ, ਫਿਰ ਦੂਰ ਨੇੜੇ ਦਾ ਕੋਈ ਫਰਕ ਨਹੀਂ ਪੈਂਦਾ। ਵੱਧ ਤੋਂ ਵੱਧ ਸਮਾਂ ਕੱਢ ਲਓ, ਹੋਰ 7 ਦਿਨ ਜਾਣੀ 10 ਤਰੀਕ ਤੱਕ ਸਮਾਗਮ ਚੱਲਣੇ ਹਨ। 10 ਤਰੀਕ ਨੂੰ ਸਵੇਰੇ 9 ਵਜੇ ਖੰਡੇ ਵਾਟਰ ਦਾ ਅੰਮ੍ਰਿਤ ਛਕਾਇਆ ਜਾਵੇਗਾ ਸੰਤ ਕੁਟੀਆ ਗੁਰਦੁਆਰੇ, ਅਤੇ ਅੰਮ੍ਰਿਤਧਾਰੀ ਜਿਨ੍ਹਾਂ ਨੇ ਛਕਣਾ ਭਾਈ ਪ੍ਰਬੰਧਕਾਂ ਪਾਸ 9 ਲਿਖਾ ਦਿਓ, ਤਿਆਰੀ ਕਰੀਏ ਆਪਾਂ, ਆਖਰੀ ਦਿਨ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਫਿਰ ਆਪਣਾ ਇਹ ਜਨਮ ਸਫਲਾ, ਲੋਕ ਸੁਖੀ, ਪਰਲੋਕ ਸਹੇਲਾ ਹੋ ਜਾਵੇਗਾ। ਇੰਨੇ ਦਿਨ ਤੋਂ ਕੀਰਤਨ ਕਰਦਿਆਂ, ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਜਾਂਦੀਆਂ ਨੇ, ਅਤੇ ਆਪ ਨੇ ਭੁੱਲਤੇ ਖਿਮਾ ਬਖਸ਼ ਦੇਣੀ। ਸਤਿਗੁਰੂ ਬਖਸ਼ੰਦ ਹਨ ਹਮ ਅਪਰਾਧੀ, ਸਦ ਭੁੱਲਤੇ ਤੁਮ ਬਖਸ਼ਣ ਹਾਰੇ, ਬਖਸ਼ ਦੇਣਾ। ਆਓ ਹੁਣ ਸਾਰੇ ਅਨੰਦ ਸਾਹਿਬ ਦਾ ਪਾਠ ਕਰੋ, ਫਿਰ ਗੁਰੂ ਸਤੋਤਰ ਵਿੱਚ ਬੋਲਣਾ, ਫਿਰ ਅਰਦਾਸ ਵਿੱਚ ਸਾਵਧਾਨ ਹੋਣਾ, ਫਿਰ ਗੁਰੂ ਮਹਾਰਾਜ ਦਾ ਹੁਕਮਨਾਮਾ, ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਗੁਰੂ ਮਹਾਰਾਜ ਨੂੰ ਨਿੱਘੀ ਵਿਦਾਇਗੀ ਦੇ ਕੇ ਜਾਣਾ ਹੈ। ਸਾਲ ਬਾਅਦ ਸਮਾਂ ਬਣਦਾ, ਅਗਲੇ ਸਾਲ ਫਿਰ ਜਿਵੇਂ ਗੁਰੂ ਨੂੰ ਭਾਊ, ਕਿਉਂ ਹੱਥ ਤਾਂ ਉਹਦੇ ਹੀ ਹੈ ਨਾ। ਜੀ ਜੰਤ ਪ੍ਰਭ ਧਾਰੇ, ਡੋਰੀ ਪ੍ਰਭ ਡੋਰੀ ਹਾਰ ਤੁਮਾਰੇ, ਡੋਰੀ ਤਾਂ ਗੁਰੂ ਦੇ ਹੱਥ 'ਚ ਹੀ ਹੈ, ਜਿਉਂ ਪ੍ਰੇਰਿਆ ਤਿਉਂ ਕਰਨਾ, ਜਿਵੇਂ ਉਹ ਕਰੂਗਾ ਅਤੇ ਉਵੇਂ ਹੋਏਗਾ। ਆਪਣੇ ਬੰਦੇ ਦੀ ਕੀ ਔਕਾਤ ਹੈ, ਕੀ ਕਰ ਸਕਦਾ ਹੈ, ਕੁਛ ਵੀ ਨਹੀਂ ਕਰ ਸਕਦਾ। ਇਸ ਕਰਕੇ ਨਿੱਘੀ ਵਿਦਾਇਗੀ ਦੇ ਕੇ ਦਿੱਤੇ ਬਿਨਾਂ ਜਾਣਾ ਨਹੀਂ ਚਾਹੀਦਾ। ਅੱਜ ਆਪਣਾ ਇਮਤਿਹਾਨ ਹੈ ਭਾਈ, ਆਖਰੀ ਦਿਨ ਹੈ ਅੱਜ, ਅੱਜ ਆਪਾਂ ਪਿੱਠ ਦੇ ਕੇ ਨਾ ਤੁਰੋ ਗੁਰੂ ਮਹਾਰਾਜ ਨੂੰ। ਇਹ ਬੇਨਤੀ ਹੈ ਸਾਰਿਆਂ ਨੂੰ, ਆਓ ਸਾਰੇ ਅਨੰਦ ਸਾਹਿਬ ਦਾ ਪਾਠ ਕਰੋ। ਰਾਮ ਕਲੀ ਮਹੱਲਾ 3, ਆਨੰਦ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸ਼ਬਦ ਸੰਗਾ ਹਰੀ ਤੇਰਾ ਮਨ ਜਨੀ ਵਸਾ,
ਦਾ ਵਿਸਾਰਣਾ ਧੰਨ ਹੈ ਧੰਨ ਹੈ ਗੁਰੂ
ਹੈ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ ਧਨ ਹੈ ਗੁਰ ਸ੍ਰੀ ਹਰ ਰਾਏ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰ ਸ੍ਰੀ ਹਰ ਕ੍ਰਿਸ਼ਨ ਜੀ ਧਨ ਹੈ ਬਹਾਦਰ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ